ਕਿਸੇ ਕੁੜੀ ਨੂੰ ਮੈਂ ਉਹਨਾਂ ਦੇ ਭਰਾ ਵਰਗਾ ਲੱਗਦਾ, ਕਿਸੇ ਬੇਬੇ ਨੂੰ ਮੈਂ ਉਹਦੇ ਪੁੱਤਰ ਵਰਗਾ ਲੱਗਦਾ, ਕਿਸੇ ਨੂੰ ਮੈਂ ਉਹਨਾਂ ਦੇ ਜਿਵੇਂ ਬਜ਼ੁਰਗ ਨੇ ਸਾਡੇ ਉਹਨਾਂ ਦੇ ਆਪਣੇ ਪੁੱਤ ਪੋਤੇ ਦੋਹਤੇ ਵਰਗਾ ਲੱਗਦਾ। ਹਰ ਕੋਈ ਆਰਟਿਸਟ ਸੈਲੀਬ੍ਰੇਟਿਡ ਆਰਟਿਸਟ ਜਾਂ ਫੇਮਸ ਨਹੀਂ ਬਣ ਪਾਉਂਦਾ, ਹੈ ਨਾ। ਉਹ ਜਦੋਂ ਤੁਹਾਡੇ ਉੱਤੇ ਰੱਬ ਦੀ ਮਿਹਰ ਹੁੰਦੀ ਆ, ਲੋਕ ਤੁਹਾਨੂੰ ਪਿਆਰ ਕਰਦੇ ਆ, ਇਹ ਉਦੋਂ ਹੀ ਹੁੰਦਾ ਆ। ਸੋ ਮੈਨੂੰ ਤਾਂ ਵਾਕਈ ਲੱਗਦਾ ਕਿ ਯਾਰ ਸਾਡੀ ਲਾਈਫ ਬਹੁਤ ਜ਼ਿਆਦਾ ਬਲੈਸਡ ਆ। ਅਤੇ ਮੈਂ ਵੀ ਕਹਿੰਦਾ ਵੀ ਮਤਲਬ ਸੋਨੂੰ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਪੜਾਵਾਂ ਦੇ ਵਿੱਚ, ਜੇ ਮੈਂ ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਫਸਦਾ, ਅਤੇ ਇਹ ਮਤਲਬ ਮੈਂ ਇਹਨੂੰ ਕਾਲ ਕਰ ਸਕਦਾ, ਅਤੇ ਮਤਲਬ ਇਹ ਇੱਦਾਂ ਨਹੀਂ ਗਾ ਵੀ ਅੱਗੋਂ ਕੋਈ ਜਵਾਬ ਦੇਣਾ ਹੈ। ਅਤੇ ਇਹਨੇ ਇੱਕ ਦੋ ਵਾਰੀ, ਚਲੋ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਮੂਮੈਂਟਸ ਜ਼ਰੂਰ ਆਏ, ਮਤਲਬ ਫਸਿਆ ਨਹੀਂ ਮੈਂ, ਪਰ ਡਿਸਕਸ਼ਨ ਸੋਨਮ ਨਾਲ ਕੀਤੀ ਸੀਗੀ, ਅਤੇ ਸੋਨਮ ਨੇ ਮੈਨੂੰ ਕਿਹਾ ਸੀ ਵੀ ਤੂੰ ਮੈਨੂੰ ਅਕਾਊਂਟ ਨੰਬਰ ਭੇਜ, ਮੈਂ ਤੈਨੂੰ ਪਾਉਣੀ ਆ ਪੈਸੇ ਵੀ ਤੈਨੂੰ ਲੋੜ ਆ। ਤਾਂ ਇਦੂ ਵੱਡੀ ਗੱਲ ਕੋਈ ਬੰਦਾ ਕਰ ਹੀ ਨਹੀਂ ਸਕਦਾ, ਇਹ ਵਿਸ਼ਵਾਸ ਵਾਲੀ ਚੀਜ਼ ਹੁੰਦੀ ਆ। ਉਹੀ ਗੱਲ ਹੈ ਵੀ ਐਂਡ ਦੇ ਵਿੱਚ ਜਿਹੜੇ ਅਭਿਆਸੀ ਹੋਣਗੇ, ਜਿਹੜਾ ਨਾਮ ਜਪਣ ਵਾਲੇ ਹੋਣਗੇ ਕਿਸੇ ਵੀ ਧਰਮ ਦੇ, ਚਾਹੇ ਕਿਸੇ ਵੀ ਮਤਲਬ ਪ੍ਰਾਰਥਨਾ ਕਰਨ ਵਾਲੇ ਹੋਣਗੇ, ਪ੍ਰੇਅਰ ਕਰਨ ਵਾਲੇ ਹੋਣਗੇ, ਰੱਬ ਦਾ ਨਾਮ ਲੈਣ ਵਾਲੇ ਹੋਣਗੇ, ਉਹੀ ਬਚਣਗੇ, ਉਹਨਾਂ ਦੇ ਘਰ 'ਚ ਬਣਨਾ। ਬਾਕੀ ਜਿਹੜੇ ਨਿਊਕਲੀਅਰ ਬਣੇ ਆ, ਚੱਲਣ ਵਾਸਤੇ ਬਣੇ ਆ। This is called a heart to heart conversation with MB Virkan Sonam Bala. Thank you so much. ਨਹੀਂ ਨਹੀਂ ਈਜ਼ੀ ਲਓ ਇਹ, ਮਤਲਬ ਮੈਂ ਯੈਸ ਯੈਸ ਆਲਰੇਡੀ ਹੁਣ ਨਿਊਕਲੀਅਰ ਔਰ ਫ੍ਰਿਜਾਂ ਚਲਾਉਣ ਨੂੰ ਤੇ ਬਣੇ ਨਹੀਂਗੇ, ਚੱਲਣਾ ਹੀ ਆ ਕੱਲ ਨੂੰ, ਤੇ ਬਚਣਾ ਵੀ ਤੇਰੇ ਮੇਰੇ ਜਿਹੜੇ ਜਿਹੜੇ ਸਾਧ ਸੰਤ ਹੋਣਗੇ ਉਹੀ ਵਜਣਗੇ, ਤੇਰੇ ਮੇਰੇ ਵਰਗੇ ਤਾਂ ਕਾਹਨੂੰ ਵਜਦੇ ਆ। ਨਹੀਂ ਬਾਈ, ਬਾਬਾ ਸੁੱਖ ਰੱਖੇ, ਮੈਨੂੰ ਬੜਾ ਮਜ਼ਾ ਆਇਆ ਯਾਰ, ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਬ੍ਰਦਰ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਅੱਜ ਦੇ ਆਰਟਿਸਟ ਬੜੇ ਪਿਆਰੇ ਨੇ, ਮੈਂ ਜਦੋਂ ਵੀ ਇਹਨਾਂ ਨੂੰ ਮਿਲਦਾ ਨਾ, ਮੈਨੂੰ ਇੱਕ ਨਾ ਪੋਜ਼ਿਟਿਵ ਵਾਈਬ ਤਾਂ ਡੈਫੀਨੇਟਲੀ ਆਉਂਦੀਆਂ, ਨਾਲੇ ਨਾ ਇੱਕ ਫੈਮਿਲੀਅਰ ਵਾਈਬ ਆਉਂਦੀ ਆ। ਇੱਦਾਂ ਲੱਗਦਾ ਕਿ ਦਿਲ ਦੀਆਂ ਗੱਲਾਂ ਪੂਰੀ ਖੁੱਲ੍ਹ ਕੇ ਕਰਦੇ ਨੇ ਐਂਡ ਸੁਣਦੇ ਨੇ। ਸੋ ਪਲੀਜ਼ ਵੈਲਕਮ ਸੋਨਮ ਬਾਜਵਾਨ ਐਂਡ ਐਮੀ ਵਿਰਕ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਠੀਕ ਹੋ? ਬਹੁਤ ਕਿਰਪਾ ਮਾਲ ਗਈ, ਤੂੰ ਇੰਨੀ ਗਲਤੀ ਨਾਲ ਹੋਈ ਹੈ ਕਿ ਕੀਤੀ ਆ, ਕੁਛ ਕਹਿ ਨਹੀਂ ਸਕਦੇ, ਕਈ ਜਣਿਆਂ ਦੀ ਹੋ ਗਈ ਹੈ, ਕੋਈ ਇੰਸੀਡੈਂਟ ਹੈ ਨਾ, ਅਸੀਂ ਕਦੇ ਵੀ ਨਹੀਂ ਕਰਦੇ ਪਲਾਨ ਕਰਕੇ ਨਾ, ਬਿਕਾਜ਼ ਪਲਾਨ ਕਰਕੇ ਕਰਕੇ ਆਉਂਦਾ ਨਾ, ਮੈਂ ਤੇ ਮਾਈਟ ਵੀ ਮੈਂ ਸ਼ਾਇਦ ਗੁਲਾਬੀ ਪੱਗ ਬੰਨ ਕੇ ਆਉਂਦਾ, ਤੇ ਉਹ 'ਚ ਫਿਰ ਥੋੜ੍ਹਾ ਜਿਹਾ ਮੈਂ ਉਪਰਾ ਲੱਗਦਾ। ਕੋਇੰਸੀਡੈਂਸ ਦੀ ਮੈਂ ਗੱਲ ਪਤਾ, ਕਿਉਂਕਿ ਸਪੈਸ਼ਲੀ ਤੁਹਾਨੂੰ ਹਾਈਲਾਈਟ ਕਰਕੇ, ਤੁਹਾਡੀ ਯਾਰੀ ਦੋਨਾਂ ਦੀ ਹੈ ਨਾ, ਜਾਂ ਦੋਸਤੀ ਕਹਿ ਲਓ, ਇਹ ਜਿਹੜੀ ਟਵਿਨਿੰਗ ਹੁੰਦੀ ਆ, ਜਿਹੜਾ ਬੌਂਡ ਹੁੰਦਾ, ਇਹ ਯਾਰੀ 'ਚ ਵਫਾਦਾਰੀ ਨਜ਼ਰ ਆਉਂਦੀ ਹੈ ਐਂਡ ਰੱਬ ਵੱਲੋਂ ਹੀ ਹੁੰਦਾ ਆ। ਐਮ ਬੀ ਬਾਈ ਅਤੇ ਸੋਨਮ, ਪਹਿਲਾਂ ਤਾਂ ਮੈਂ ਤੁਸੀਂ ਆਪਦੀ ਯਾਰੀ ਵਾਸਤੇ ਮੈਂ ਜ਼ਰੂਰ ਚਾਹੂੰਗਾ ਕੁਛ ਨਾ ਕੁਛ ਕਹੋ। ਭਾਅ ਜੀ, ਯਾਰੀ ਵਾਸਤੇ ਕੋਈ ਅਲਫਾਜ਼ ਤਾਂ ਹੁੰਦੇ ਨਹੀਂਗੇ, ਭਾਈਚਾਰੇ ਵਾਸਤੇ, ਦੋਸਤੀ ਵਾਸਤੇ ਕੋਈ ਅਲਫਾਜ਼ ਹੁੰਦੇ ਨਹੀਂਗੇ, ਅਤੇ ਅਸੀਂ ਵਰਕ ਕਲੀਗ ਵੀ ਹਾਂ, ਬੜੇ ਚਿਰ ਤੋਂ ਇਕੱਠੇ ਕੰਮ ਕਰਦੇ ਹਾਂ, 7-8 ਅਸੀਂ ਫਿਲਮਾਂ ਕਰ ਲਈਆਂ, ਇੱਕ ਦੂਜੇ ਨੂੰ ਜਾਣਦੇ ਹਾਂ ਅਸੀਂ ਕੀ ਚੰਗਾ ਮਾੜਾ ਲੱਗਦਾ। ਹੁਣ ਜਿਵੇਂ ਕਈ ਵਾਰੀ ਕੋਈ ਇੱਕ ਦੂਜੇ ਨੂੰ ਇਰੀਟੇਟ ਵੀ ਕਰਦਾ ਨਾ ਬੰਦਾ, ਉਹ 'ਤੇ ਹੁਣ ਹਾਸਾ ਆਉਂਦਾ ਹੁੰਦਾ, ਅਸੀਂ ਸਮਾਈਲ ਕਰਦੇ ਹੁੰਦੇ ਵੀ ਸਾਨੂੰ ਪਤਾ ਸੀ ਵੀ ਆਹ ਚੀਜ਼ ਹੋਣੀ ਹੈ, ਪ੍ਰਪੇਅਰਡ ਹੁੰਦਾ ਬੰਦਾ ਪਹਿਲਾਂ ਹੀ, ਹੈ ਨਾ। ਅਤੇ ਕੁਛ ਚੀਜ਼ਾਂ ਜਿਹੜੀਆਂ ਮੇਰੀਆਂ ਸੋਨਮ ਨੂੰ ਬੁਰੀਆਂ ਲੱਗਦੀਆਂ, ਬੁਰੀਆਂ ਇਨ ਦਾ ਸੈਂਸ ਵੀ ਉਹ ਇਹਨੂੰ ਪਤਾ ਹੁੰਦਾ ਵੀ ਉਹ ਇਗਨੋਰ ਕਰ ਦਿੰਦੀ ਆ, ਉਹ ਇਗਨੋਰ ਵੀ ਕੀ, ਉਹਨੂੰ ਪਤਾ ਵੀ ਇਹ ਹੋਣੀ ਹੋਣੀ ਚੀਜ਼ ਲੱਗਦੀ ਹੋਈ ਆ, ਭਾਈਚਾਰੇ 'ਚ ਹੁੰਦਾ ਹੀ ਸਾਰਾ ਕੁਛ, ਹੈ ਨਾ। ਅਤੇ ਕੁਛ ਕੁ ਮੈਨੂੰ ਨੇ, ਅਤੇ ਬਟ ਉਹ 'ਚ ਸਵਾਦ ਆਉਂਦਾ। ਹੁਣ ਅਸੀਂ ਸ਼ੁਗਲ ਮੇਲਾ ਲਾਈਦਾ ਉਸ ਚੀਜ਼ ਨੂੰ, ਇੰਨਾ ਕੰਮ ਕਰ ਲਿਆ ਇਕੱਠਿਆਂ, ਸੈੱਟ 'ਤੇ 40-50 ਦਿਨ ਸੈੱਟ 'ਤੇ ਹੁੰਦੇ ਹਾਂ, 15-20 ਦਿਨ ਪ੍ਰਮੋਸ਼ਨਸ 'ਤੇ ਇਕੱਠੇ ਹੁੰਦੇ ਹਾਂ, ਸਾਲ ਦੀਆਂ 1-2 ਫਿਲਮਾਂ ਕੀਤੀਆਂ, ਅਤੇ ਆਲਮੋਸਟ 3-4 ਮਹੀਨੇ ਇਕੱਠੇ ਹੋਏ, ਅਤੇ ਬਾਕੀ ਰਹਿੰਦ ਖੂੰਹਦ ਫੋਨ 'ਤੇ ਕਸਰ ਕੱਢ ਲਈ ਦੀ ਅਸੀਂ, ਹੈ ਨਾ, ਗੱਲਾਂ ਬਾਤਾਂ ਕਰ ਲਈ ਦੀਆਂ, ਫੋਟੋਆਂ ਵੇਖ ਲੈਂਦੇ ਇੱਕ ਦੂਜੇ ਦੇ, ਕਮੈਂਟ ਠੋਕ ਦਿੰਦੇ। ਮੈਂ ਗੱਲ ਹਲੇ ਸਰਗੂ ਨੂੰ ਮਿਲ ਕੇ ਹਟਿਆ, ਸਰਗੂ ਨੇ ਵੀ ਇਹੀ ਗੱਲ ਕਹੀ, ਕਹਿੰਦੀ ਐਮੀ ਤੇ ਮੈਂ ਤੇ ਜਮਾ ਹੀ ਆਪਾਂ ਬਹੁਤ ਸ਼ੁਗਲ ਮਾਰਦੇ ਹੁੰਦੇ ਆ। ਸਰਗੁਣ ਨਾਲ ਵੀ ਬਹੁਤ ਕੰਮ ਕੀਤਾ ਨਾ, ਸਰਗੁਣ ਨਾਲ ਕਿਸਮਤ ਕਰ ਲਈ, ਤੇ ਉਸ ਤੋਂ ਬਾਅਦ ਸੌਂਕਣ ਇਕੱਠਿਆਂ ਕੀਤੀ ਆ, ਗਾਣਾ ਕਰ ਲਿਆ, ਤੇ ਉਹਦੇ ਨਾਲ ਤਾਂ ਪਾਰਟੀਆਂ ਪੁਟੀਆਂ ਬਾਹਰ ਅੰਦਰ ਬਹੁਤ ਤੁਰੇ ਫਿਰੇ ਅਸੀਂ, ਵੈਸੇ ਸ਼ੁਗਲ ਮਿਲੇ, ਬਰਥਡੇ ਪਾਰਟੀ ਤੇ ਮਿਲੇ, ਕਦੇ ਕੁਛ ਮਿਲੇ, ਚੰਡੀਗੜ੍ਹ ਲੋਕਲ ਇੱਥੇ, ਸੋ ਉਹਦੇ ਨਾਲ ਵੀ ਇੱਕ ਬਹੁਤ ਵਧੀਆ ਰਿਲੇਸ਼ਨ ਹੈ ਮੇਰਾ ਸਰਗੁਣ ਨਾਲ ਵੀ। ਹੁਣ ਅਸੀਂ ਅੱਗੇ ਸੌਂਕਣ ਦੁਬਾਰਾ ਫਿਰ ਸ਼ੁਰੂ ਹੋ ਜਾਣੀ ਆ, ਤੇ
ਆ ਵੇਖੋ ਕਿੰਨੇ 15-20 ਦੇ ਜਣੇ ਆ, ਹਾਂ ਸਣੇ ਡਾਇਰੈਕਟਰ, ਯੈਸ ਸਣੇ ਰਾਈਟਰ ਡਾਇਰੈਕਟਰ 15-20 ਜਣੇ ਆ, ਉਂਗਲਾਂ ਤੇ ਗਿਣ ਸਕਦੇ ਆ। ਮੈਂ ਅਜੇ 20 ਕਹੀ ਜਾਂਦਾ, ਜੇ ਤੁਸੀਂ ਸੋਨਮ ਦੇ ਲਿੰਕ ਚ ਕੱਢੋ, ਸੋਨਮ ਨੂੰ ਮੈਨੂੰ ਲੱਗਦਾ 10 ਕੇ ਜਣੇ ਯਾਦ ਹੋਣੇ ਹਾਰਡਲੀ, ਸਾਰੇ 15 ਯਾਦ ਹੋਣਗੇ ਹਾਰਡਲੀ, ਮੈਨੂੰ 5-7 ਵੱਧ ਹੋਣਗੇ ਕਿਉਂਕਿ ਮੈਂ ਜ਼ਿਆਦਾ ਇੰਡਸਟਰੀ 'ਚ ਤੁਰਿਆ ਫਿਰਦਾ, ਕਿਉਂਕਿ ਸੋਨਮ ਨੇ ਬਹੁਤ ਘੱਟ ਜਣੇ ਨਾਲ ਵਰਤਿਆ ਜਿਹੜੀਆਂ ਫਿਲਮ ਇੰਡਸਟਰੀ ਦੇ ਵਿੱਚ, ਮਤਲਬ ਮੇਰੇ ਕੰਪੈਰੇਟਿਵ ਫਿਲਮਾਂ ਘੱਟ ਕੀਤੀਆਂ ਨੇ ਤੇ ਰੈਪੀਟੇਟਿਵ ਜ਼ਿਆਦਾ ਇੰਨੇ ਕੰਮ ਕੀਤਾ, ਜਿਵੇਂ ਹੰਬਲ ਨਾਲ ਜ਼ਿਆਦਾ ਫਿਲਮਾਂ ਕਰ ਲਈਆਂ, ਵਾਈਟਲ ਨਾਲ ਜ਼ਿਆਦਾ ਫਿਲਮਾਂ ਕਰ ਲਈਆਂ। ਹਾਰਟ ਟੂ ਹਾਰਟ ਕਨੈਕਸ਼ਨ ਸੋਨਮ ਬੜੇ ਰੇਅਰ ਲੋਕਾਂ ਨਾਲ ਬਣਦਾ ਹੈ, ਜਿਵੇਂ ਮੈਂ ਆਬਜ਼ਰਵ ਕਰ ਪਾ ਰਿਹਾ, ਜੇ ਮੈਂ ਗਲਤ ਨਹੀਂ ਹਾਂ ਤਾਂ ਐਮੀ ਭਾਈ ਨਾਲ ਲੋਕ ਕਨੈਕਸ਼ਨ ਹੈਗਾ 100%। ਆਈ ਥਿੰਕ ਸਿਰਫ ਮਤਲਬ ਬਿਯੋਂਡ ਕੋਸਟਾਰ, ਜੇ ਮੇਰੀ ਕਿਸੇ ਦੇ ਨਾਲ ਇੱਕ ਫਰੈਂਡਸ਼ਿਪ ਆ ਤਾਂ ਉਹ ਸਿਰਫ ਐਮੀ ਦੇ ਨਾਲ ਆ। ਆਈ ਮੀਨ ਬਾਕੀ ਹੈ ਮੇਰੇ ਕੋਸਟਾਰਸ, ਮੈਂ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਹਾਂ, ਦੇ ਆਲ ਆਰ ਅਮੇਜ਼ਿੰਗ ਐਕਟਰਸ ਅਤੇ ਵਧੀਆ ਇਨਸਾਨ ਆ, ਬਟ ਕੀ ਮੈਂ ਕਿਸੇ ਤੋਂ ਜੇ ਲੋੜ ਪਵੇ, ਮੈਂ ਕਿਤੇ ਫਸ ਗਈ, ਮੈਨੂੰ ਕਿਸੇ ਹੈਲਪ ਦੀ ਲੋੜ ਆ, ਤਾਂ ਮੈਂ ਐਮੀ ਨੂੰ ਡੈਫੀਨੇਟਲੀ ਬਿਨਾਂ ਸੋਚੇ ਫੋਨ ਕਰ ਸਕਦੀ ਹਾਂ, ਹੈਲਪ ਮੰਗ ਸਕਦੀ ਹਾਂ। ਉਹ ਸਿਰਫ ਫਰੈਂਡਸ਼ਿਪ 'ਚ ਹੁੰਦਾ ਹੈ ਨਾ, ਸੋ ਉਹ ਔਰ ਸਾਰਿਆਂ ਦੇ ਫਰੈਂਡ ਤੁਸੀਂ ਬਣਨਾ ਵੀ ਕਿਉਂ ਆ, ਦੈਟਸ ਮੈਨੂੰ ਤਾਂ ਲੱਗਦਾ ਕਿ ਫਰੈਂਡਸ਼ਿਪ ਫਰੈਂਡ ਤੁਹਾਡੀ ਇਹੋ ਜਿਹੀ ਹੋਣੀ ਚਾਹੀਦੀ ਕਿ ਤੁਸੀਂ ਉਂਗਲਾਂ ਤੇ ਗਿਣ ਸਕੋ। ਮੈਨੂੰ ਲੱਗਦਾ ਕਿ ਯਾਰੀ 'ਚ ਵਫਾਦਾਰੀ ਹੋਣੀ ਜ਼ਿਆਦਾ ਜ਼ਰੂਰੀ ਆ, ਸਭ ਤੋਂ ਇੰਪੋਰਟੈਂਟ ਵਫਾਦਾਰ ਹਰ ਕੋਈ ਨਹੀਂ ਹੁੰਦਾ, ਇਮਾਨਦਾਰੀ ਸਭ ਤੋਂ ਇੰਪੋਰਟੈਂਟ ਗੱਲ। ਮੈਂ ਹੁਣ ਜਿਵੇਂ ਸੋਨਮ ਨੇ ਗੱਲ ਕਹੀ ਨਾ ਵੀ ਔਖੇ ਵੇਲੇ ਕੋਈ ਬੰਦਾ ਫੋਨ ਕਰਦਾ, ਜਿਵੇਂ ਆਪਾਂ ਮੁੰਡਿਆਂ ਨੂੰ ਕਰਦੇ ਨਾ ਕਿ ਤੁਸੀਂ ਫਸ ਕੇ ਗਿਆ, ਤੇ ਉਹ ਡਿਪੈਂਡ ਕਰਦਾ ਹੈ ਕਿਹੜੇ ਮਸਲੇ 'ਚ ਕਿਹੜਾ ਬੰਦਾ ਤੁਹਾਡਾ ਹੱਲ ਕਰ ਸਕਦਾ, ਵੀ ਤੁਸੀਂ ਫਾਈਨੈਂਸ਼ੀਅਲੀ ਫਸ ਗਏ ਜਾਂ ਤੁਸੀਂ ਮਤਲਬ ਕਿਤੇ ਉਂਝ ਤੂੰ ਮੈਮ ਹੋ ਗਈ ਕਿਸੇ ਨਾਲ ਉੱਥੇ ਫਸ ਗਏ, ਉਹ ਅੱਡ ਅੱਡ ਕੈਟਾਗਰਾਈਜ਼ ਬੰਦੇ ਨੂੰ ਕਰਦਾ। ਅਤੇ ਮੈਂ ਵੀ ਕਹਿੰਦਾ ਵੀ ਮਤਲਬ ਸੋਨਮ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਪੜਾਵਾਂ ਦੇ ਵਿੱਚ, ਜੇ ਮੈਂ ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਫਸਦਾ ਅਤੇ ਇਹ ਮਤਲਬ ਮੈਂ ਇਹਨੂੰ ਕਾਲ ਕਰ ਸਕਦਾ, ਅਤੇ ਮਤਲਬ ਇਹ ਇੱਦਾਂ ਨਹੀਂ ਗਾ ਵੀ ਅੱਗੋਂ ਕੋਈ ਜਵਾਬ ਦੇਣਾ ਇਹਨੇ। ਅਤੇ ਇਹਨੇ ਇੱਕ ਦੋ ਵਾਰੀ ਚਲੋ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਮੂਮੈਂਟਸ ਜ਼ਰੂਰ ਆਏ, ਮਤਲਬ ਫਸਿਆ ਨਹੀਂ ਮੈਂ, ਮੈਂ ਡਿਸਕਸ਼ਨ ਸੋਨਮ ਨਾਲ ਕੀਤੀ ਸੀਗੀ ਅਤੇ ਸੋਨਮ ਨੇ ਮੈਨੂੰ ਕਿਹਾ ਸੀ ਵੀ ਤੂੰ ਮੈਨੂੰ ਅਕਾਊਂਟ ਨੰਬਰ ਭੇਜ, ਮੈਂ ਤੈਨੂੰ ਪਾਉਣੀ ਆ ਪੈਸੇ ਵੀ ਤੈਨੂੰ ਲੋੜ ਆ, ਇਹ ਤੋਂ ਵੱਡੀ ਗੱਲ ਕੋਈ ਬੰਦਾ ਕਰ ਹੀ ਨਹੀਂ ਸਕਦਾ, ਇਹ ਵਿਸ਼ਵਾਸ ਵਾਲੀ ਚੀਜ਼ ਹੁੰਦੀ ਆ। ਅਤੇ ਜੈਨੂਅਲੀ ਉਦੋਂ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਸੀ ਜਦੋਂ ਉਹ ਚੀਜ਼ ਹੋ ਗਈ, ਜਦੋਂ ਉਦਾਂ ਕਿਸੇ ਬੰਦੇ ਨੇ ਅੱਗੋਂ ਕਹਿਤਾ ਫਿਰ ਬਾਕੀ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਨਹੀਂ ਵੀ ਮੈਟਰ ਕਰਦੀਆਂ ਕਦੇ ਜ਼ਿੰਦਗੀ ਦੇ ਵਿੱਚ, ਐਂਡ ਜਦੋਂ ਹਲਕੀਆਂ ਗੱਲਾਂ ਹੋ ਜਾਂਦੀਆਂ ਬਾਕੀ ਸਾਰੀਆਂ, ਐਂਡ ਜਦੋਂ ਇਹ ਰੀਅਲ ਬੌਂਡ ਰੀਲ 'ਚ ਕਨਵਰਟ ਹੁੰਦਾ ਫਿਲਮ 'ਚ, ਕਿਉਂਕਿ ਤੁਹਾਡੀ ਸਾਰੀਆਂ ਫਿਲਮਾਂ ਦੀ ਉਦੋਂ ਮੈਨੂੰ ਐਂ ਲੱਗਦਾ ਕਿ ਪੂਰੇ ਪੰਜਾਬ 'ਚ ਤੁਹਾਡੇ ਦੋਨਾਂ ਦਾ ਨਾਮ ਇੱਕ ਐਸਾ ਵੱਜਦਾ ਕਿ ਜਿੱਥੇ ਪੰਜਾਬ ਦੀ ਸਿਲੈਕਟਿਡ ਆਰਟਿਸਟ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਤੁਸੀਂ ਦੋਨੋਂ ਆਉਂਦੇ ਹੋ ਇੱਕ ਇੱਕ ਆ, ਉਹ ਤੁਹਾਡੇ ਉੱਪਰ ਪ੍ਰੈਸ਼ਰ ਵੀ ਰਹਿੰਦਾ ਆ ਕਿ, ਐਂਡ ਇੱਕ ਤਰੀਕੇ ਨਾਲ ਤੁਸੀਂ ਕੰਫਰਟ ਵੀ ਫੀਲ ਕਰਦੇ ਹੋ ਕਿ ਚੱਲ ਠੀਕ ਆ ਯਾਰ, ਅਗਰ ਕੋਈ ਸਬਜੈਕਟ ਬੇਸ਼ੱਕ ਅਲੱਗ ਆ, ਜਿਵੇਂ ਇਹ ਸਬਜੈਕਟ ਅਲੱਗ ਆ, ਲੈਂਗੁਏਜ ਵਾਈਜ਼ ਲਗਾ ਲਓ ਜਾਂ ਕਿਸੇ ਵੀ ਚੀਜ਼ ਵਾਈਜ਼ ਲਗਾ ਲਓ, ਹਰ ਇੱਕ ਫਿਲਮ ਡਿਫਰੈਂਟ ਹੁੰਦੀ ਹੈ, ਕੋਨਸੈਪਟ ਅਲੱਗ ਹੁੰਦਾ, ਐਂਡ ਉਹਦੇ ਵਿੱਚ ਤੁਹਾਨੂੰ ਜੇ ਤੁਹਾਨੂੰ ਪਤਾ ਨਾ ਤੁਹਾਡਾ ਯੂ ਨੋ ਕੋ ਐਕਟਰ ਤੁਹਾਡਾ ਦੋਸਤ ਹੈਗਾ ਤਾਂ ਉਹ ਕਿਤੇ ਨਾ ਕਿਤੇ ਈਜ਼ੀ ਹੋ ਜਾਂਦਾ ਆ ਤੁਹਾਨੂੰ ਆਪਣੇ ਆਪ ਨੂੰ ਢਾਲਣਾ ਜਾਂ ਕੰਮ ਕਰਨਾ। ਹਾਂ, ਕਿਉਂਕਿ ਜੇ ਦੇਖੋ ਐਕਟਿੰਗ ਸਿਰਫ ਇਹ ਨਹੀਂ ਆ ਕਿ ਸਾਹਮਣੇ ਵਾਲਾ ਕਿੰਨਾ ਵੱਡਾ ਵਧੀਆ ਐਕਟਰ ਆ, ਉਹ ਤਾਂ ਹੈ ਹੀ, ਗੱਲ ਬੜੀ ਕਮਾਲ ਦੀ ਆ ਜੇ ਤੁਹਾਡੇ ਸਾਹਮਣੇ ਐਕਟਰ ਜਿਹੜਾ ਖੜਾ ਉਹ ਬਹੁਤ ਵਧੀਆ, ਬਟ ਐਕਟਰ ਇੱਕ ਉਹ ਵੀ ਆ ਜੋ ਦੂਜੇ ਐਕਟਰ ਬਾਰੇ ਵੀ ਸੋਚੇ, ਬਿਕੋਜ਼ ਸੀਨ ਇਕੱਲਾ ਤੁਹਾਡਾ ਨਹੀਂ ਆ ਨਾ, ਸੀਨ ਇਜ਼ ਅ ਕਲੈਕਟਿਵ ਵਰਕ। ਤਾਂ ਜੇ ਇੱਕ ਐਕਟਰ ਦੇ ਨਾਲ ਤੁਹਾਡੀ ਟਿਊਨਿੰਗ ਆ, ਦੋਸਤੀ ਆ, ਇੱਕ ਕੰਫਰਟ ਆ, ਤਾਂ ਹਮੇਸ਼ਾ ਹੀ ਤੁਸੀਂ ਵਰਕ ਵਾਈਜ਼ ਵੀ ਕੁਛ ਬੈਟਰ ਹੀ ਨਿਕਲ ਕੇ ਆਉਂਦਾ, ਕਿਉਂਕਿ ਤੁਹਾਡੇ ਅੰਦਰ ਕੰਫਰਟ ਹੁੰਦਾ ਯਾਰ ਮੈਂ ਇੱਕ ਹੋਰ ਟੇਕ ਕਰ ਲੈਂਦੀ ਹਾਂ, ਜਾਂ ਜੇ ਐਕਚੁਅਲ 'ਚ ਇੱਕ ਐਕਟਰ ਤੁਹਾਡਾ ਫਰੈਂਡ ਆ ਤੁਹਾਨੂੰ ਦੱਸ ਜ਼ਿਆਦਾ ਯਾਰ ਮੈਨੂੰ ਲੱਗਦਾ ਨਾ ਤੂੰ ਇੱਦਾਂ ਕਰ ਸਕਦੀ ਹਾਂ, ਜਾਂ ਆਹ ਚੀਜ਼ ਨਾ ਮੈਨੂੰ ਠੀਕ ਲੱਗੀ ਤੂੰ ਆਹ ਦੁਬਾਰਾ ਕਰ ਲੈ, ਜਾਂ ਕਿੰਨੀ ਵਾਰ ਇੱਦਾਂ ਹੁੰਦਾ ਮੇਰੇ ਨਾਲ ਕਿ ਤੁਸੀਂ ਮੰਨੋਗੇ ਕਿ ਨੋਟ ਇਨ ਦਿਸ ਫਿਲਮ ਬਟ ਐਮੀ ਨੂੰ ਮੇਰੇ ਡਾਇਲੋਗ ਯਾਦ ਹੁੰਦੇ ਔਰ ਐਮੀ ਮੈਨੂੰ ਰਿਮਾਈਂਡ ਕਰਾ ਰਿਹਾ ਹੁੰਦਾ ਡਾਇਲੋਗ, ਬਿਕੋਜ਼ ਮੈਨੂੰ ਘੱਟ ਟਾਈਮ 'ਚ ਡਾਇਲੋਗ ਯਾਦ ਕਰਨ 'ਚ ਹੁੰਦੀ ਆ ਪ੍ਰੋਬਲਮ। ਨਹੀਂ ਮੈਨੂੰ ਇੰਪਰੋਵਾਈਜੇਸ਼ਨ 'ਚ ਪ੍ਰੋਬਲਮ ਨਹੀਂ ਹੈ, ਲੇਕਿਨ ਮੈਨੂੰ ਲਾਸਟ ਮਿੰਟ ਜੇ ਡਾਇਲੋਗ ਮਿਲੂਗਾ ਨਾ ਘੰਟੇ ਦੋ ਘੰਟੇ ਪਹਿਲਾਂ ਜਾਂ ਔਨ ਦਾ ਸਪੋਟ, ਸੋ ਮੈਂ ਯਾਦ ਕਰ ਲੈਂਦੀ ਹਾਂ, ਬਟ ਆਈ ਐਮ ਨੋਟ ਵੈ ਐਜ਼ ਗੁੱਡ ਐਜ਼ ਐਮੀ ਇਨ ਦੈਟ
ਏਰੀਆ ਐਮੀ ਤਾਂ ਐਡੇ ਵੱਡੇ ਡਾਇਲੋਗ ਪੜ੍ਹ ਕੇ 2 ਮਿੰਟਾਂ 'ਚ ਰੱਟੇ ਮਾਰ ਲੈਂਦਾ ਪਤਾ ਨਹੀਂ ਕਿਵੇਂ ਮੈਂ ਦੇਖਦਾ ਨਾ ਭਾਜੀ ਸਭ ਤੋਂ ਵੱਡਾ ਟਾਸਕ ਹੁੰਦਾ ਹੈ ਕਿਉਂਕਿ ਅਸੀਂ ਨਾ ਫਿਲਮਾਂ 'ਚ ਓਬਜ਼ਰਵ ਕਰ ਪਾਉਂਦੇ ਹਾਂ ਕਿ ਕਿਹੜਾ ਸਿੰਗਲ ਟੇਕ ਸ਼ੋਟ ਹੋਇਆ ਹੈ ਕਿਉਂਕਿ ਡਾਇਲੋਗਸ ਕਿਉਂਕਿ ਕਈ ਵਾਰ ਡਾਇਲੋਗ ਇੰਨਾ ਲੰਬਾ ਹੁੰਦਾ ਤਾਂ ਮੈਂ ਦੇਖਦਾ ਕਿ ਐਮੀ ਭਾਜੀ ਮੇਰੇ ਖਿਆਲ ਸਾਡੇ ਪੰਜਾਬ 'ਚ ਇੱਕੋ ਹੀ ਐਕਟਰ ਐਸੇ ਜਿਹੜੇ ਕਾਮੇਡੀ 'ਚ ਇੱਕ ਟੇਕ 'ਚ ਬਹੁਤ ਪੰਚ ਵੀ ਐਡ ਔਨ ਕਰ ਦਿੰਦੇ ਆ ਤਾਂ ਉਸ ਚੀਜ਼ ਨੂੰ ਯੂਨੋ ਇਸ ਤਰੀਕੇ ਨਾਲ ਡਿਸਕ੍ਰਾਈਬ ਕਰ ਦਿੰਦੇ ਆ ਜਿਵੇਂ ਬਿਲੀਫ ਯੂਨੋ ਜਿਹੜੇ ਜਾਣਦੇ ਉਹਨਾਂ ਤਾਂ ਹੁੰਦਾ ਹੀ ਆ ਕਿ ਵਨ ਟੇਕ ਆ ਕਈ ਵਾਰ ਇੱਦਾਂ ਲੱਗਦਾ ਕਿ ਯਾਰ ਵੀ ਕਿੱਡਾ ਔਖਾ ਆ ਵਨ ਟੇਕ ਕੀਤਾ ਹੋਊਗਾ ਨਹੀਂ ਵੇਖੋ ਗੱਲ ਜਿਵੇਂ ਸੋਨਮ ਨੇ ਕਿਹਾ ਰੱਟੇ ਵਾਲੀ ਗੱਲ ਜੈਨੂਅਲੀ ਮੇਰਾ ਸਟਰੋਂਗ ਹੈਗਾ ਰੱਟਾ ਬਾਕੀ ਇਹ ਨਹੀਂ ਗਾ ਵੀ ਪੰਜਾਬ 'ਚ ਹੋਰ ਆਰਟਿਸਟ ਨਹੀਂ ਬਹੁਤ ਨੇ ਜਿਹੜੇ ਐਨਰਜੈਟਿਕ ਨੇ ਬਹੁਤ ਅਲੱਗ ਵੇਸ ਦੇ ਵਿੱਚ ਜਿਵੇਂ ਹੁਣ ਅਮਰਿੰਦਰ ਭਾਜੀ ਕਰਦੇ ਘੱਟ ਆ ਬਟ ਅੰਗਰੇਜ਼ ਦੇ ਵਿੱਚ ਉਹਨਾਂ ਨੇ ਬਹੁਤ ਮਤਲਬ ਕਾਮੇਡੀ ਕੀਤੀ ਆ ਐਨਰਜੈਟਿਕ ਰੋਲ ਕੀਤਾ ਦਿਲਜੀਤ ਭਾਜੀ ਵਨ ਆਫ ਦੀ ਬੈਸਟ ਨੇ ਬਾਈ ਗਿੱਪੀ ਹੋਣੀ ਨੇ ਹੋਰ ਵੀ ਯਾਰ ਜਿਵੇਂ ਅਜੇ ਮਤਲਬ ਮੈਂ ਉਹਨਾਂ ਨੂੰ ਅੰਡਰਡੋਗ ਮੰਨਦਾ ਅਜੇ ਮਤਲਬ ਕਹਿ ਸਕਦੇ ਹਾਂ ਵੀ ਉਹਨਾਂ ਨੇ ਅਜੇ ਕੀਤਾ ਨਹੀਂ ਉਵੇਂ ਜ਼ਿਆਦਾ ਕੰਮ ਬਾਵਾ ਬਾਵੇ ਦੀ ਟਾਈਮਿੰਗ ਬਹੁਤ ਵਧੀਆ ਡਿਪੈਂਡ ਕਰਦਾ ਵੀ ਆਰਟਿਸਟ ਨੂੰ ਕਿੱਦਾਂ ਦਾ ਰੋਲ ਦਿੱਤਾ ਜਾਂਦਾ ਮੈਨੂੰ ਜਿਵੇਂ ਹੁਣ ਇਹ ਚਲੋ ਇਹਨੇ ਜਿਵੇਂ ਸੋਨਮ ਨੇ ਕਿਹਾ ਵੀ ਇਹਨੂੰ ਟਾਈਮ ਲੱਗਦਾ ਯਾਦ ਕਰਨ ਨੂੰ ਬਟ ਇੱਦਾਂ ਨਹੀਂ ਗਾ ਵੀ ਇਹ ਡਾਇਲੋਗ ਭੁੱਲਦੀ ਆ ਜਾਂ ਕੁਛ ਹੋਰ ਆ ਪਰਫੋਰਮੈਂਸ ਬਹੁਤ ਹੁਣ ਆ ਇਸੇ ਫਿਲਮ ਦੀ ਗੱਲ ਕਰਦੇ ਹਾਂ ਯਾਰ ਤੁਸੀਂ ਕਿੰਨੇ ਚੈਲੇਂਜ ਆ ਇਹ ਦੇਖੋ ਯੈਸ ਤੇ ਜਦੋਂ ਤੁਸੀਂ ਇਹ ਅਜੇ ਫਿਲਮ ਵੇਖੀ ਨਹੀਂ ਆਪਾਂ ਇੰਟਰਵਿਊਜ਼ ਕਰ ਰਹੇ ਹਾਂ ਤੁਸੀਂ ਟ੍ਰੇਲਰ ਦੇਖਿਆ ਇੱਕ ਸਰਟਨ ਡਾਇਲੋਗਸ ਨੇ ਇਹ ਸਭ ਤੋਂ ਜ਼ਿਆਦਾ ਜਿਹੜੀ ਫਲਕਚੁਏਸ਼ਨ ਆ ਫਲਕਚੁਏਸ਼ਨ ਇਨ ਦਾ ਸੈਂਸ ਵੀ ਸਭ ਤੋਂ ਜ਼ਿਆਦਾ ਜਿਹੜੀ ਉਹ ਆ ਗ੍ਰਾਫ ਉੱਤੇ ਥੱਲੇ ਕਰੈਕਟਰ ਦਾ ਜਾ ਰਿਹਾ ਉਹ ਸੋਨਮ ਦਾ ਫਿਲਮ ਦੇ ਵਿੱਚ ਤੇ ਨਵੀਂ ਚੀਜ਼ ਕੌਣ ਕਰ ਰਹੀ ਹੈ ਥਰੂ ਆਊਟ ਦਾ ਫਿਲਮ ਸੋਨਮ ਲੈਂਗੁਏਜ ਕਿਹਦੇ ਲਈ ਚੇਂਜ ਹੋਈ ਆ ਸੋਨਮ ਲਈ ਟਾਸਕ ਕਿਹਦੇ ਲਈ ਚੇਂਜ ਸੀਗੇ ਸਾਰੇ ਸੋਨਮ ਲਈ ਭਲਵਾਨਾ ਦੀ ਕੁੜੀ ਦਾ ਕਰੈਕਟਰ ਕੌਣ ਕਰ ਰਹੇ ਬਹੁਤ ਵੱਡੀਆਂ ਜੋਬਾਂ ਸੀ ਰੋਣਾ ਧੋਣਾ ਵੀ ਆ ਕਾਮੇਡੀ ਵੀ ਆ ਗੁੱਸੇ ਵੀ ਹੋਣਾ ਇਮੋਸ਼ਨਸ ਵੀ ਨੇ ਪਿਆਰ ਵੀ ਹੈ ਵਿਆਹ ਦੀ ਗੱਲ ਵੀ ਕਰਨੀ ਆ ਆਪਣੇ ਪਿਓ ਨਾਲ ਵੀ ਗੱਲ ਕਰਨੀ ਆ ਆਪਣੇ ਬੋਏਫ੍ਰੈਂਡ ਨਾਲ ਵੀ ਗੱਲ ਕਰਨੀ ਆ ਤੇ ਆਪਣਾ ਜਿਹੜਾ ਵਿੱਚ ਚਲੋ ਪੂਰਾ ਨਹੀਂ ਕਲੀਅਰ ਕਰਦਾ ਵੀ ਹੋਰ ਕਿਹਦੇ ਨਾਲ ਮੰਗੇਤਰ ਨਾਲ ਵੀ 100 ਚੀਜ਼ਾਂ ਨੇ ਵਿੱਚ ਬਹੁਤ ਵੱਡੇ ਮਸਲੇ ਆ ਵੀ ਉਹ ਸਾਰੀਆਂ ਚੀਜ਼ਾਂ ਨੂੰ ਹੱਲ ਕਰਕੇ ਇੱਕ ਕਰੈਕਟਰ ਬਣਾਇਆ ਮੇਰੇ ਲਈ ਤਾਂ ਬਹੁਤ ਸਿੰਪਲ ਸੀਗਾ ਤੇ ਡਾਇਲੋਗ ਬੋਲਣੇ ਮੇਰੇ ਤਾਂ ਐਜ਼ ਯੂਜ਼ ਟੂ ਦੂਜੀਆਂ ਫਿਲਮਾਂ ਵਾਂਗੂ ਇਹ ਫਿਲਮ ਸੀਗੀ ਇੱਕ ਮੈਂ ਨਾ ਇੱਕ ਚੀਜ਼ ਐਡ ਔਨ ਕਰਨੀ ਚਾਹੂੰਗਾ ਜਿਹੜੀ ਮੈਨੂੰ ਹੁਣੇ ਹੁਣੇ ਮੈਂ ਓਬਜ਼ਰਵ ਕੀਤਾ ਆ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਇੱਕ ਆਰਟਿਸਟ ਦੂਸਰੇ ਆਰਟਿਸਟ ਨੂੰ ਐਪਰੀਸ਼ੀਏਟ ਕਰਦਾ ਆ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਮੈਨੂੰ ਐਂ ਲੱਗਦਾ ਕਿ ਐਮੀ ਭਾਜੀ ਮੈਂ ਨਾ ਕਾਫੀ ਟਾਈਮ ਤੋਂ ਉੱਥੇ ਬੈਠਿਆ ਹੋਇਆ ਮੈਂ ਦੇਖ ਰਿਹਾ ਮੈਂ ਕਿਹਾ ਵੀ ਐਮੀ ਵਿਰਕ ਪਿਛਲੇ ਸਾਲਾਂ ਤੋਂ ਜਦੋਂ ਉਦੋਂ ਤੁਸੀਂ ਇੰਡਸਟਰੀ 'ਚ ਹੈਗੇ ਹੋ ਡੇ ਬਾਏ ਡੇ ਤੁਹਾਡੇ ਆਪਦੇ ਨਾਲ ਐਕਸਪੀਰੀਅੰਸਿਸ ਹੁੰਦੇ ਗਏ ਤੁਸੀਂ ਲਰਨ ਕਰਦੇ ਗਏ ਅਡੋਪਟ ਕਰਦੇ ਗਏ ਅੱਜ ਦੇ ਟਾਈਮ ਮੈਨੂੰ ਇੱਦਾਂ ਹੋਇਆ ਹੋਇਆ ਵੀ 24 ਘੰਟੇ ਨਾ ਤੁਹਾਡੇ ਆਲੇ ਦੁਆਲੇ ਆਰਟਿਸਟ ਦੀ ਸਪੈਸ਼ਲੀ ਸਪਿਰਿਚੁਅਲਿਟੀ ਬਹੁਤ ਆ ਤੁਸੀਂ ਨਾ ਹਰ ਵੇਲੇ ਯੂਨੋ ਇਹ ਸੋਚ ਕੇ ਚੱਲ ਰਹੇ ਹੋ ਵੀ ਯਾਰ ਆਪਣਾ ਕੁਛ ਨਹੀਂ ਹੈਗਾ ਐਕਚੁਅਲ 'ਚ ਆਪਣਾ ਕੁਛ ਨਹੀਂ ਹੈਗਾ ਵੀ ਤੁਸੀਂ ਇੱਕ ਦੂਸਰੇ ਦਾ ਸਾਥ ਦੇ ਕੇ ਚੱਲੋ ਉਹ ਸਾਥ ਉਹ ਸਪੋਰਟ ਉਹੀ ਜ਼ਰੂਰੀ ਆ ਨਹੀਂ ਤਾਂ ਰੱਬ ਦੀ ਮਾਰ ਜਿਹੜੀ ਹੈਗੀ ਆ ਰੱਬ ਬਹੁਤ ਵੱਡੀ ਉਸ ਉੱਤੇ ਕੁਛ ਨਹੀਂ ਹੈਗਾ ਹਲਕੀ ਜਿਹੀ ਗੱਲ ਜੇ ਫਿਲਮ ਲਾਈਨ 'ਚ ਗੱਲ ਕਰੋ ਪਿਛਲੀ ਲਾਈਨ ਦੇ ਵਿੱਚ ਸੋਨਮ ਨੇ ਗੱਲ ਕਹੀ ਆ ਐਕਟਿੰਗ ਆ ਤੁਸੀਂ ਨਹੀਂ ਇਕੱਲੇ ਕਰ ਸਕਦੇ ਤੁਸੀਂ ਕਰ ਲਓ ਬੈਸਟ ਆਪਣਾ ਯੈਸ ਫੋਰ ਐਗਜ਼ਾਮਪਲ ਮੈਂ ਚਾਹ ਕੇ ਸੋਨਮ ਦਾ ਗਲਤ ਕਰਾ ਦਾਂ ਵੀ ਨਹੀਂ ਤੂੰ ਬਹੁਤ ਘੈਂਟ ਸੀ ਤੂੰ ਇਦੋਂ ਬੈਟਰ ਨਹੀਂ ਕਰ ਸਕਦੀ ਵੀ ਓਕੇ 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 ਡਾਇਲੋਗ ਗਲਤ ਬੁਲਵਾ ਦਾਂ ਕਿਹਦਾ ਨੁਕਸਾਨ ਆ ਫਿਲਮ ਦਾ ਨੁਕਸਾਨ ਆ ਫਿਲਮ ਨਾਲ ਕਿਹਦਾ ਨੁਕਸਾਨ ਆ ਮੈਨੂੰ ਯੈਸ ਉਹ ਯਾਰ ਇੰਡੀਵਿਜੁਅਲੀ ਨਹੀਂ ਹੁੰਦਾ ਕੰਮ ਇਹ ਗਾਣਾ ਨਹੀਂ ਹੈਗਾ ਵੀ 2 ਜਾਂ 3 ਬੰਦੇ ਚਲਾਉਣੇ ਵੀਰੇ 200-250 ਬੰਦੇ ਦਾ ਕੰਮ ਆ ਜੋਬ ਆ ਜੇ ਇਹਦੇ 'ਚ ਡਾਇਰੈਕਟਰ ਲੋਇਲ ਨਹੀਂ ਹੈਗਾ ਫਿਲਮ ਸਕਸੈਸਫੁਲ ਨਹੀਂ ਹੋਊਗੀ ਪ੍ਰੋਡਿਊਸਰ ਲੋਇਲ ਨਹੀਂ ਹੈਗਾ ਫਿਲਮ ਸਕਸੈਸਫੁਲ ਨਹੀਂ ਹੋਊਗੀ ਐਕਟਰ ਲੋਇਲਸ ਨਹੀਂ ਹੈਗੇ ਫਿਲਮ ਸਕਸੈਸਫੁਲ ਨਹੀਂ ਹੋਊਗੀ ਸਾਰਾ ਕੁਛ ਵਧੀਆ ਕਰਤਾ 2 ਦਿਨ ਪਹਿਲਾਂ ਅਸੀਂ ਲਾਈਵ ਹੋ ਕੇ ਲੋਕਾਂ ਨੂੰ ਕਹਿ ਦਈਏ ਵੀ ਫਿਲਮ ਵੇਖਣਾ ਜਾਇਓ ਵਧੀਆ ਨਹੀਂ ਹੈਗੀ ਫਿਰ ਕੀ ਹੋਊਗਾ ਯੈਸ ਜ਼ੀਰੋ ਵੀਰੇ 100% ਸਾਰਿਆਂ ਨੂੰ ਦੇਣਾ ਪੈਂਦਾ ਮੇਰੀ ਜਾਨ ਇਹਦੇ 'ਚ ਕੋਈ ਉਹ ਨਹੀਂ ਗਾ ਤੁਸੀਂ ਪ੍ਰੇਜ਼ ਕਰੋ ਇਹ ਤਾਂ ਅਸੀਂ ਇੱਕ ਦੂਜੇ ਦੇ ਸਾਹਮਣੇ ਬੈਠੇ ਹਾਂ ਇਹ ਥੋੜ੍ਹੀ ਇੱਕ ਦੂਜੇ ਸਾਹਮਣੇ ਬੈਠੇ ਹਾਂ ਤਾਂ ਪ੍ਰੇਜ਼ ਕਰਦੇ ਹਾਂ ਤੁਸੀਂ ਪਿੱਠ ਪਿੱਛੇ ਕਦੇ ਗੱਲ ਕਰ ਲਓ ਕਿਸੇ ਹੋਰ ਇੰਟਰਵਿਊ ਦੀ ਮੇਰੇ ਬਾਰੇ ਸੋਨਮ ਤੋਂ ਪੁੱਛ ਲਓ ਸੋਨਮ ਤੋਂ ਮੇਰੇ ਬਾਰੇ ਪੁੱਛ ਲਓ ਸੋਨਮ ਬਾਰੇ ਮੇਰੇ ਤੋਂ ਪੁੱਛ ਲਓ ਕਿਤੇ ਵੀ ਤੁਸੀਂ ਹੋਰ ਕਿਸੇ ਆਰਟਿਸਟ ਬਾਰੇ ਪੁੱਛੋ ਜਾਣਕਾਰੀ ਬੋਲਿਆ ਬਾਈ
ਗਿੱਪੀ ਬਾਈ ਮਤਲਬ ਮੈਂ ਜਿੰਨੇ ਵੀ ਦੋ ਤਿੰਨ ਹਾਂ ਗਿੱਪੀ ਬਾਈ ਹੁਣੀ ਮਤਲਬ ਪਿਛਲੇ ਇੰਟਰਵਿਊ ਮੈਂ ਗੱਲ ਕਰਕੇ ਹਟਿਆ 100 ਕਰੋੜ ਕਰਨਾ ਫਿਲਮ ਦਾ ਖਾਲਾਈ ਦਾ ਵਾੜਾ ਨਹੀਂ ਉਹਨਾਂ ਨੇ ਕੀਤਾ ਮਸਤਾਨੇ ਬਣਾਈ ਤਰਸੇਮ ਬਾਈ ਉਹਨਾਂ ਨੇ ਖਾਲਾਈ ਦਾ ਵਾੜਾ ਨਹੀਂ 2 ਮਿੰਟ ਪਹਿਲਾਂ ਮੈਂ ਬਾਵੇ ਦੀ ਗੱਲ ਕੀਤੀ ਦਿਲਜੀਤ ਭਾਈ ਕਿੱਥੇ ਲੈ ਕੇ ਕਿਉਂ ਨਾ ਪ੍ਰੇਜ਼ ਕਰੀਏ ਬਾਈ 1 in a million ਬੰਦੇ ਨੇ ਉਹ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਵੀ ਅਸੀਂ ਉਸ ਇੰਡਸਟਰੀ ਦਾ ਹਿੱਸਾ ਹਾਂ ਉਹ ਸਾਡੇ ਭਰਾ ਨੇ ਵੱਡੇ ਜਾਂ ਭੈਣਾਂ ਨੇ ਸਾਡੀਆਂ ਜਿਹੜੀਆਂ ਕੰਮ ਕਰਦੀਆਂ ਇੰਡਸਟਰੀ ਦੇ ਵਿੱਚ ਰਿਸ਼ੀ ਮੈਮ ਨੇ ਮਤਲਬ ਕਿੰਨਾ ਅਵਾਰਡ ਮਿਲਿਆ ਪਦਮਸ਼੍ਰੀ ਖਾਲਾਈ ਦਾ ਵਾੜਾ ਥੋੜ੍ਹੀ ਹੈ ਯਾਰ ਲੈਜੈਂਡਰੀ ਆਪਣੇ ਆਪ ਦਾ ਕੈਰੈਕਟਰ ਸਾਫ਼ ਰੱਖਣ ਅਤੇ ਇਸ 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 ਪੱਧਰ ਤੱਕ ਅੱਪੜਨਾ ਪਹੁੰਚਣਾ ਕਿੱਡੀ ਮਾਣ ਵਾਲੀ ਗੱਲ ਹੈ ਅਸੀਂ ਤਾਂ ਮਤਲਬ ਉਹਨਾਂ ਦੇ ਪੈਰਾਂ ਦੇ 9 ਦੇ ਬਰਾਬਰ ਵੀ ਨਹੀਂ ਐਕਟਿੰਗ ਵਾਲੇ ਮਾਮਲੇ ਸਟਿਲ ਜਿੰਨਾ ਉਹਨਾਂ ਨੇ ਕੰਮ ਕਰ ਲਿਆ ਭਾਈ ਮੈਨੂੰ ਬਹੁਤ ਪਸੰਦ ਆ ਰਿਹਾ ਵੱਡੀਆਂ ਗੱਲਾਂ ਬਹੁਤ ਵੱਡੀਆਂ ਗੱਲਾਂ ਅਤੇ ਐਪਰੀਸ਼ੀਏਟ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਸਿਰਫ ਅਤੇ ਸਿਰਫ ਛੋਟੀ ਜਾਂ ਹਲਕੀ ਗੱਲ ਨਹੀਂ ਚੇਤੇ ਰੱਖਣੀ ਚਾਹੀਦੀ ਕਿਸੇ ਬੰਦੇ ਦੀ ਉਹਨੇ ਇੱਥੇ ਕਹਿ ਦਿੱਤੀ ਸੀ ਵੀ ਬਹੁਤ ਵੱਡਾ ਭੰਡਾਰ ਅਤੇ ਬਿਨਾਂ ਅਕਾਲ ਪੁਰਖ ਦੀ ਕਿਰਪਾ ਦੇ ਲੋਕਾਂ ਦੇ ਪਿਆਰ 'ਤੇ ਆਪਾਂ ਇਹਨਾਂ ਕੁਰਸੀਆਂ 'ਤੇ ਨਹੀਂ ਬਹਿ ਸਕਦੇ ਆਪਾਂ ਡਿਜ਼ਰਵ ਨਹੀਂ ਕਰਦੇ ਜਿੰਨਾ ਉਹ ਪਿਆਰ ਕਰਦੇ ਆਪਾਂ ਨੂੰ ਉਹਨਾਂ ਕਰਕੇ ਆਪਾਂ ਇੱਥੇ ਤੁਰੇ ਕਰਦੇ ਐਂਡ ਇੱਕ ਐਪਰੀਸੀਏਸ਼ਨ ਤੁਹਾਨੂੰ ਦੋਨਾਂ ਨੂੰ ਮੈਨੂੰ ਐਂ ਲੱਗਦਾ ਕਿ ਤੁਸੀਂ ਦੋਨੋਂ ਇੰਨੇ ਕੁ ਛਾ ਰਹੇ ਹੋ ਚਲੋ ਪੰਜਾਬ ਦੇ ਫਿਲਮਾਂ ਤਾਂ ਕਰ ਹੀ ਰਹੇ ਹੋ ਪਰ ਸਾਨੂੰ ਹਮੇਸ਼ਾ ਨਾ ਆਪਣੀ ਜ਼ਿੰਦਗੀ 'ਚ ਹਰ ਕੋਈ ਇਨਸਾਨ ਗਰੋ ਹੋਣਾ ਚਾਹੁੰਦਾ ਹੈ ਹਰ ਕੋਈ ਇਨਸਾਨ ਅੱਗੇ ਵਧਣਾ ਚਾਹੁੰਦਾ ਭਾਵੇਂ ਕੋਈ ਵੀ ਫੀਲਡ ਹੋਵੇ ਕੋਈ ਵੀ ਸੈਕਟਰ ਹੋਵੇ ਕੋਈ ਵੀ ਕਿਤੇ ਵੀ ਬੰਦਾ ਆਪਣੀ ਮਿਹਨਤ ਕਰ ਰਿਹਾ ਇੱਦਾਂ ਹੀ ਸੇਮ ਤੁਹਾਡੀ ਫੀਲਡ ਆ ਮੈਨੂੰ ਐਂ ਲੱਗਦਾ ਕਿ ਸਾਲ 2 ਸਾਲ 'ਚ ਨਾ ਆਪਣੇ ਪੰਜਾਬੀ ਆਰਟਿਸਟ ਦਾ ਸੋਨਮ ਮਤਲਬ ਕਿ ਤੁਹਾਡੀ ਅਤੇ ਤੁਹਾਡੀ ਇਸ ਟਾਈਮ ਤੁਸੀਂ ਕੋਲ ਬੈਠੇ ਮੈਂ ਤੁਹਾਡੀ ਗੱਲ ਕਰਨਾ ਚਾਹੂੰਗਾ ਕਿ ਗ੍ਰਾਫ ਡੇ ਬਾਈ ਡੇ ਇਸ ਲੈਵਲ ਤੱਕ ਜਾ ਰਿਹਾ ਜਿਵੇਂ ਯੂ ਨੋ ਇੱਥੋਂ ਦੀ ਕੋਈ ਵੀ ਪੰਜਾਬੀ ਜਾਂਦਾ ਕਿਤੇ ਬਾਹਰ ਤਾਂ ਐਟਲੀਸਟ ਤੁਸੀਂ ਕਹਿ ਸਕਦੇ ਹੋ ਕਿ ਬਈ ਅਸੀਂ ਪੰਜਾਬ ਤੋਂ ਤਾਂ ਅੱਖਾਂ ਬੰਦ ਕਰਕੇ ਸਾਡੇ ਪੰਜਾਬ ਨੂੰ ਜਾਣ ਸਕਦੇ ਹਾਂ ਜਸਟ ਬਿਕੋਜ਼ ਆਫ ਕਿ ਤੁਸੀਂ ਰੀਪ੍ਰਜੈਂਟ ਬਹੁਤ ਸੋਹਣਾ ਕੀਤਾ ਹੋਇਆ ਐਪਰੀਸੀਏਸ਼ਨ ਆ ਤੁਹਾਨੂੰ ਦੋਨਾਂ ਨੂੰ ਇਨਕਲੂਡਿੰਗ ਦਿਲਜੀਤ ਭਾਜੀ ਹੋਰ ਜਿੰਨੇ ਆਰਟਿਸਟ ਆ ਸਾਰਿਆਂ ਦਾ ਯੋਗਦਾਨ ਹੈਗਾ ਆ ਬਟ ਤੁਸੀਂ ਕੋਲ ਬੈਠੇ ਹੋ ਤਾਂ ਮੈਨੂੰ ਐਂ ਲੱਗਦਾ ਕਿ ਤੁਹਾਡੀ ਮਿਹਨਤ ਸੱਚੀ 'ਚ ਬੋਲਦੀ ਆ ਬਾਈ ਤੁਹਾਡੀ ਦੋਨਾਂ ਦੀ ਮਿਹਨਤ ਸੱਚੀ 'ਚ ਬੋਲਦੀ ਆ ਦਾ ਯੋਗਦਾਨ ਆ ਮਤਲਬ ਕਿ ਮੇਰੇ ਕਦੀ ਸੁਪਨੇ ਵੀ ਨਹੀਂ ਲਏ ਹੁੰਦੇ ਵੀ ਕਦੀ ਕੋਈ ਪੈਪਸ ਕੋਈ ਬਾਹਰੋਂ ਦੀ ਆ ਕੇ ਕੋਈ ਸਟੋਕ ਕਰੂਗਾ ਯੂ ਨੋ ਸਾਡੇ ਕੰਮ ਬਾਰੇ ਪੁੱਛੂਗਾ ਅਸੀਂ ਕਿੱਥੇ ਜਾ ਰਹੇ ਹਾਂ ਉਹਦੇ ਬਾਰੇ ਪੁੱਛੂਗਾ ਇਹ ਸੱਚੀ ਸੁਪਨੇ ਵਰਗੀ ਜ਼ਿੰਦਗੀ ਹੁੰਦੀ ਹੈ ਜਿਹੜਾ ਬੰਦਾ ਜਿੰਦਾ ਹੁੰਦਾ ਐਂਡ ਤੁਹਾਨੂੰ ਸਰਪ੍ਰਾਈਜ਼ ਕਰਦੀ ਹੈ ਡੇ ਬਾਈ ਡੇ ਭਾਜੀ ਤੂੰ ਸੋਹਣੀ ਲਾਈਨ ਹੀ ਕੋਈ ਨਹੀਂ ਹੈਗੀ ਹਾਂ ਪੈਸਾ ਮਿਲਦਾ ਸੈਕੰਡਰੀ ਗੱਲ ਦਾ ਬਹੁਤ ਹਾਲਾਂਕਿ ਬਿਲਕੁਲ ਲੋੜ ਨਹੀਂ ਉਸ ਚੀਜ਼ ਦੀ ਉਹ ਇੰਪੋਰਟੈਂਟ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਆਈ ਮੀਨ ਇਕੱਲਾ ਇੰਪੋਰਟੈਂਟ ਨਹੀਂ ਹੈਗਾ ਮਤਲਬ ਬਹੁਤ ਇੰਪੋਰਟੈਂਟ ਨਹੀਂ ਹੁੰਦਾ ਹੁੰਦਾ ਜ਼ਰੂਰ ਜ਼ਿੰਦਗੀ ਦੇ ਵਿੱਚ ਇੰਨਾ ਤੁਹਾਨੂੰ ਪਿਆਰ ਮਿਲਦਾ ਦੁਆਵਾਂ ਮਿਲਦੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਪਿਆਰ ਲੋਕੀ ਤੁਹਾਨੂੰ ਪੈਸੇ ਵੇਖ ਕੇ ਵੇਖਣ ਆਉਂਦੇ ਬਜ਼ੁਰਗ ਮਿਲਦੇ ਸਾਨੂੰ ਏਅਰਪੋਰਟਾਂ 'ਤੇ ਜਾਂ ਕਿਤੇ ਚੱਲ ਜਾਈਏ ਬਾਹਰ ਅੰਦਰ ਚੱਲ ਜਾਈਏ ਦੁਆਵਾਂ ਦਿੰਦੇ ਮੱਥਾ ਚੁੰਮਦੇ ਉਸ ਤੋਂ ਬਾਅਦ 'ਚ ਕਿਸੇ ਬੰਦੇ ਨੂੰ ਮੈਂ ਉਹਨਾਂ ਦੇ ਭਰਾ ਕਿਸੇ ਕੁੜੀ ਨੂੰ ਮੈਂ ਉਹਨਾਂ ਦੇ ਭਰਾ ਵਰਗਾ ਲੱਗਦਾ ਕਿਸੇ ਬੇਬੇ ਨੂੰ ਮੈਂ ਉਹਦੇ ਪੁੱਤਰ ਵਰਗਾ ਲੱਗਦਾ ਕਿਸੇ ਨੂੰ ਮੈਂ ਉਹਨਾਂ ਦੇ ਜਿਵੇਂ ਬਜ਼ੁਰਗ ਨੇ ਸਾਡੇ ਉਹਨਾਂ ਦੇ ਆਪਣੇ ਪੋਤੇ ਦੋਹਤੇ ਵਰਗਾ ਲੱਗਦਾ ਸੋ ਮਤਲਬ ਬਹੁਤ ਚੀਜ਼ਾਂ ਨੇ ਅਤੇ ਅਕਾਲ ਪੁਰਖ ਦੀ ਮਿਹਨਤ ਸੋਨ ਮੈਂ ਕਿੰਨਿਆਂ ਨੂੰ ਆਪਦੀ ਉਹਨਾਂ ਦੀ ਧੀ ਵਰਗੀ ਲਾ ਦੀ ਕਿਸੇ ਨੂੰ ਭੈਣ ਵਰਗੀ ਲਾ ਦੀ ਹੈ ਕਿਸੇ ਨੂੰ ਜਿਹੜਾ ਉਹਨਾਂ ਦਾ ਲਵ ਹੁੰਦਾ ਜਿਹੜਾ ਉਹਨਾਂ ਦਾ ਲਾਈਫ ਪਾਰਟਨਰ ਹੁੰਦਾ ਉਹਨਾਂ ਵਰਗਾ ਲੱਗਦਾ ਹੋਊਗਾ ਮੈਂ ਲੱਗਦਾ ਹੋਊਗਾ ਸੋਨਮ ਲੱਗਦੀ ਹੋਊਗੀ ਸੋ ਐਕਸਟ੍ਰੀਮ ਜ਼ਿੰਦਗੀਆਂ ਹੁਣ 30 ਅਸੀਂ ਫਿਲਮਾਂ ਕਰ ਲਈਆਂ ਇੱਕ ਉਹ ਅਤੇ 31 ਸਾਡੀ ਆਪਦੀ ਰੀਅਲ ਜ਼ਿੰਦਗੀ ਇਦੂ ਕਰਮ ਵਾਲਾ ਕੌਣ ਹੋਊਗਾ ਯਾਰ ਹਰੇਕ ਫਿਲਮ 'ਚ ਮਾਂ ਪਿਓ ਲੈਦਾ ਭਰਾ ਉਹ ਲੈਦਾ ਲਾਈਫ ਦੀ ਇੱਕ ਜਰਨੀ ਲੈਦਾ ਘੱਟੋ ਘੱਟ 4-5 ਮਹੀਨੇ ਤਾਂ ਜਿਉਂਦੇ ਹਾਂ ਨਾ ਅਸੀਂ ਉਹ ਲਾਈਫ ਨੂੰ ਹੁਣ ਸੋਨਮ ਨੇ 2-4 ਮਹੀਨੇ ਹਰਿਆਣੇ ਰਹੀ ਆ ਸਾਰਾ ਕਲਚਰ ਉਹ ਕੀਤਾ ਉਹ ਇੱਕ ਲਾਈਫ ਦੇ ਵਿੱਚ ਪ੍ਰੋਫਾਈਲ ਦੇ ਵਿੱਚ ਉਹ ਚੀਜ਼ ਨਾਲ ਜੁੜ ਗਈ ਨਾ ਐਕਸਪੀਰੀਅੰਸ ਤਾਂ ਉਹ ਕਰ ਲਈ ਚੀਜ਼ ਸੋ ਬਹੁਤ ਗਰਮ ਵਾਲਾ ਹੈ ਭਾਅ ਜੀ ਸੋਨਮ ਜ਼ਰਾ ਐਕਸਪ੍ਰੈਸ ਕਰੋ ਆਪਣੀ ਫੀਲਿੰਗਸ ਕਿਉਂਕਿ ਸਮਾਈਲ ਕਰ ਰਹੇ ਹੋ ਨਾ ਮੈਂ ਚਾਹੁੰਦਾ ਬੋਲਣੇ ਨਹੀਂ ਦਿੱਤਾ ਹੁੰਦਾ ਚੁੱਪ ਨਹੀਂ ਹੋ ਰਿਹਾ ਨਹੀਂ ਸੱਚੀ ਇੱਕ ਆਰਟਿਸਟ ਦੀ ਲਾਈਫ ਨਾ ਬਹੁਤ ਕਿਸਮਤ ਵਾਲੇ ਲੋਕਾਂ ਨੂੰ ਮਿਲਦੀ ਆ ਦੇਖੋ ਟੈਲੈਂਟ ਤਾਂ ਬਹੁਤ ਲੋਕਾਂ ਦੇ ਵਿੱਚ ਆ ਇਹ ਮੇਰਾ ਮੰਨਣਾ ਆ ਕਿ ਪਰ ਹਰ ਕੋਈ
ਆਰਟਿਸਟ ਸੈਲੀਬ੍ਰੇਟਿਡ ਆਰਟਿਸਟ ਜਾਂ ਫੇਮਸ ਨਹੀਂ ਬਣ ਪਾਉਂਦਾ, ਹੈ ਨਾ? ਉਹ ਜਦੋਂ ਤੁਹਾਡੇ ਉੱਤੇ ਰੱਬ ਦੀ ਮਿਹਰ ਹੁੰਦੀ ਆ, ਲੋਕ ਤੁਹਾਨੂੰ ਪਿਆਰ ਕਰਦੇ ਆ, ਇਹ ਉਦੋਂ ਹੀ ਹੁੰਦਾ ਆ। ਸੋ ਮੈਨੂੰ ਤਾਂ ਵਾਕਈ ਹੀ ਲੱਗਦਾ ਕਿ ਯਾਰ ਸਾਡੀ ਲਾਈਫ ਬਹੁਤ ਜ਼ਿਆਦਾ ਬਲੈਸਡ ਆ ਕਿ ਜਿੰਨਾ ਵੀ ਸ਼ੁਕਰਾਨਾ ਕਰ ਸਕੀਏ ਉਨਾ ਘੱਟ ਆ ਕਿ ਲੋਕ ਪਿਆਰ ਕਰਦੇ ਆ। ਪਲੱਸ ਤੁਸੀਂ ਜਿਸ ਫੀਲਡ ਨੂੰ ਪਸੰਦ ਕਰਦੇ ਹੋ ਤੁਸੀਂ ਉੱਥੇ ਕੰਮ ਕਰ ਰਹੇ ਹੋ, ਇਸ ਤੋਂ ਵੱਡੀ ਕੀ ਬਲੈਸਿੰਗ ਹੋ ਸਕਦੀ ਆ ਦੈਟ ਯੂਨੋ ਕਿ ਲੋਕ ਤੁਹਾਨੂੰ ਇੰਨਾ ਪਸੰਦ ਕਰਦੇ ਆ, ਪਿਆਰ ਕਰਦੇ ਆ। ਫਿਰ ਜੇ ਜਿਹਨੂੰ ਐਕਟਿੰਗ ਪਸੰਦ ਆ ਉਹ ਐਕਟਿੰਗ ਕਰ ਰਿਹਾ, ਜਿਹਨੂੰ ਗਾਇਕੀ ਪਸੰਦ ਆ ਉਹ ਗਾਇਕ ਆ। ਸੋ ਇਸ ਤੋਂ ਵਧੀਆ ਕੀ ਹੋ ਸਕਦਾ ਦੈਟ ਯੂ ਇੰਜੋਏ ਯੋਰ ਲਾਈਫ ਐਂਡ ਯੂ ਡੋਂਟ ਰਿਅਲਾਈਜ਼ ਕਿ ਤੁਸੀਂ ਕੰਮ ਕਰ ਰਹੇ ਹੋ। ਕਈ ਵਾਰੀ ਨਹੀਂ ਪਤਾ ਲੱਗਦਾ ਕਿ ਕੰਮ ਆ, ਬੜਾ ਐਕਸਾਈਟਮੈਂਟ ਹੁੰਦਾ ਆ ਔਰ ਇੰਨੇ ਲੋਕਾਂ ਨੂੰ ਮਿਲਣਾ, ਉਹਨਾਂ ਤੋਂ ਸਿੱਖਣਾ। ਅਤੇ ਮੈਂ ਸੱਚੀ ਇਹ ਸਿਰਫ ਇਹ ਨਹੀਂ ਕਿ ਕੈਮਰਾ ਆ, ਜੈਨੂਨਲੀ ਆਈ ਫੀਲ ਕਿ ਆਰਟਿਸਟ ਆਰ ਵਨ ਆਫ ਦਾ ਮੋਸਟ ਬਲੈਸਡ ਪੀਪਲ ਟੂ ਵਾਕ ਔਨ ਦਿਸ ਅਰਥ। ਯਾ ਐਂਡ ਅਭੀ ਭਾਜੀ, ਤੁਸੀਂ ਚੀਜ਼ ਫੀਲ ਕਰਦੇ ਹੋ ਜਿਵੇਂ ਹੁਣ ਕੁੜੀ ਹਰਿਆਣੇ ਵੱਲ ਦੀ ਆ, ਹਰਿਆਣੇ 'ਚ ਨਾ ਆਪਣੇ ਪੰਜਾਬ 'ਚ ਬਥੇਰੀਆਂ ਸਾਡੀਆਂ, ਮੇਰੀ ਮਦਰ ਵੀ ਹਰਿਆਣੇ ਤੋਂ ਆਏ ਆ, ਠੀਕ ਹੈ, ਕਾਫੀ ਕੁੜੀਆਂ ਹਰਿਆਣੇ ਤੋਂ ਜਿਵੇਂ ਵਿਆਹ ਕੇ ਆਉਂਦੀਆਂ ਆ। ਮੈਂ ਕਿਹਾ ਹਰਿਆਣੇ ਤੋਂ ਕੁੜੀਆਂ ਆ ਗਈਆਂ, ਬਸ ਹਰਿਆਣੇ ਤੋਂ ਆਪਣੇ ਕੋਲ ਪਾਣੀ ਨਹੀਂ ਆਇਆ, ਪਾਣੀ ਉੱਧਰ ਥੋੜ੍ਹੀ ਇੱਧਰੋਂ ਉੱਧਰ ਨੂੰ ਜਾਣਾ। ਉਹ ਨਹੀਂ ਗਾ ਬੇਸਿਕਲੀ ਜਿਵੇਂ ਤੁਹਾਡੇ ਮਦਰ ਆਏ ਹੋਣਗੇ ਜਾਂ ਉਹ ਆਈ ਥਿੰਕ ਸੋ ਪੰਜਾਬੀ ਫੈਮਿਲੀ 'ਚ ਹੀ ਹੋਣੇ ਆ। ਹਾਂਜੀ ਹਾਂ। ਹੁਣ ਜੇ ਮੈਂ ਤਾਂ ਸੋਨਮ ਜੀ ਵੀ ਯੂਪੀ ਤੋਂ ਨੇ, ਤੇ ਸਾਡੇ ਰਿਸ਼ਤੇਦਾਰ ਬਹੁਤ ਨੇ ਹਰਿਆਣੇ ਤੋਂ, ਹੈ ਨਾ। ਚਲੋ ਇਹ ਤੇ ਪੋਲੀਟੀਕਲ ਗੱਲਾਂ ਨੇ, ਉਹ ਬਾਕੀ ਮਤਲਬ ਉਹ ਆਪਣਾ ਵੈਸੇ ਜਿਵੇਂ ਮਸਲਾ ਚੱਲੀ ਜਾਂਦਾ, ਸਾਡੀ ਉਮਰ ਲੰਘ ਜਾਣੀ, ਸਾਡੇ ਜਵਾਕਾਂ ਵਾਲੇ ਕਲੇਸ਼ ਪੈਣਗੇ, ਤਾਂ ਗਾਂਹ ਦੀ ਗਾਂਹ ਪਾਣੀਆਂ ਦੇ ਜਿਹੜੇ ਮਸਲੇ ਪੈਣੇ ਆ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਉਹ ਵੀ ਐਜ਼ ਸੂਨ ਐਜ਼ ਪੋਸੀਬਲ ਸੋਰਟ ਹੋਣ, ਇਹਨਾਂ ਦਾ ਕੋਈ ਨਿਰਣਾ ਲਿਆ ਜਾਵੇ। ਬਾਕੀ ਕੁਦਰਤੀ ਤੌਰ ਤੇ ਪਾਣੀ ਥੱਲੇ ਜਾ ਰਿਹਾ, ਉਹਦਾ ਕੋਈ ਹੱਲ ਸਾਡੀ ਜਨਰੇਸ਼ਨ ਨੂੰ ਜਾਂਦੇ ਜਾਂਦੇ ਕਰਕੇ ਜਾਣਾ ਚਾਹੀਦਾ। ਕਹਿਣ ਦਾ ਭਾਵ ਕਿ ਉਹਦਾ ਹੱਲ ਇਹ ਆ, ਪਲਾਂਟ ਮੋਰ ਟ੍ਰੀਜ਼। ਯੈਸ ਐਕਚੁਅਲੀ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੇ ਹਰਿਆਣੇ ਦਾ ਪਿਆਰ ਬਹੁਤ ਜ਼ਿਆਦਾ ਆ। ਲੱਗ ਰਿਹਾ ਕੋਈ ਦੋ ਰਾਏ ਹੈ ਹੀ ਨਹੀਂ ਮੇਰੀ ਜਾਨ, ਉਹ 'ਚ ਸੋਚ ਵੀ ਮਤਲਬ ਉਹ 'ਚ ਕੁਛ ਨਹੀਂ ਗਲਤ ਸੋਚ ਸਕਦੇ। ਕੀ ਲੱਥਾ ਜੀ ਸਾਰਾ ਕੁਛ ਹੈਗਾ, ਹੁਣ 60-65 ਤੇ ਉਹਦੇ ਨੇੜੇ ਜਾ ਕੇ ਵੱਖੋ ਵੱਖਰੇ ਹੋਏ ਆ। ਪਹਿਲਾਂ ਤੇ ਹਿਮਾਚਲ ਇਹ ਸਾਰਾ ਕੁਝ ਪੰਜਾਬ ਸੀਗਾ। ਸੋ ਸਿਰਫ ਪਹਿਰਾਵੇ ਜਾਂ ਆਊਟਲੁੱਕ ਹੈ ਉਹ ਤੁਸੀਂ ਡਿਫਰੈਂਟ ਕਹਿ ਸਕਦੇ ਹੋ, ਕਲਚਰ ਸੇਮ, ਆਓ ਭਗਤ ਸੇਮ, ਖਾਣਾ ਪਾਣੀ ਸੇਮ, ਸਾਰੀਆਂ ਚੀਜ਼ਾਂ ਸੇਮ ਆ ਭਾਜੀ। ਇਸ਼ਕ ਮੁਹੱਬਤ ਪਿਆਰ ਆ, ਗੱਲ ਖਤਮ। ਯੈਸ ਬਾਈ। ਐਂਡ ਗਾਈਜ਼, ਤੁਸੀਂ ਹੈ ਨਾ ਐਕਸਪੀਰੀਅੰਸ ਲੋਕ ਹੋ ਇੰਡਸਟਰੀ ਦੇ, ਤਾਂ ਮੈਂ ਇੱਕ ਫੈਕਟ ਜਾਣਨਾ ਚਾਹੁੰਦਾ ਹਾਂ ਜੀ, ਇਹ ਤੁਸੀਂ ਅਗਰੀ ਕਰੋਗੇ ਜੀ। ਜਦੋਂ ਕੋਈ ਫਿਲਮ ਆਉਂਦੀ ਆ, ਹਲੇ ਆਉਣ ਲੱਗਦੀ ਆ, ਤੁਸੀਂ ਆਲਰੇਡੀ ਦੇਖ ਚੁੱਕੇ ਹੁੰਦੇ ਹੋ, ਜਦੋਂ ਤੁਸੀਂ ਸ਼ੂਟ ਕਰ ਚੁੱਕੇ ਹੁੰਦੇ ਹੋ, ਤੁਹਾਨੂੰ ਹਿੱਟ ਅਤੇ ਫਲੋਪ ਦਾ ਅੰਦਾਜ਼ਾ ਹੋ ਜਾਂਦਾ? ਲਾਈਕ ਰਾਦਰ ਦੈਨ ਤੁਸੀਂ ਕਿਸੇ ਵੀ ਪ੍ਰੋਡਿਊਸਰ ਨਾਲ ਕੰਮ ਕਰ ਰਹੇ ਹੋ ਜਾਂ ਕੁਛ, ਕਿਉਂਕਿ ਬੀਂਗ ਆਰਟਿਸਟ ਸਾਨੂੰ ਪਤਾ ਹੁੰਦਾ ਕਿ ਯਾਰ ਕਿੰਨੇ ਕੁ ਚੀਜ਼ 'ਚ ਜਾਊਗੀ ਜਾਂ ਕਿੰਨੀ ਕੁ ਨਹੀਂ। ਜਦੋਂ ਕਹਾਣੀ ਸੁਣਾਉਂਦੇ ਜਦੋਂ ਤੁਸੀਂ ਸ਼ੂਟ ਕਰ ਰਹੇ ਹੁੰਦੇ ਹੋ, ਸ਼ੂਟ ਵੇਲੇ ਸੱਟ ਦਾ ਮਾਹੌਲ ਦੱਸ ਦਿੰਦਾ, ਫਿਲਮ ਚੰਗੀ ਮਾੜੀ ਦਾ ਰਾਈਟਰ ਡਾਇਰੈਕਟਰ ਇਹ ਉਹ ਕੁਛ ਨਹੀਂ, ਮਾੜਾ ਕੁਛ ਚੱਲਦਾ। ਦੇਖੋ ਫਿਲਮ ਚੰਗੀ ਮਾੜੀ ਦਾ ਅੰਦਾਜ਼ਾ ਲਾ ਜਾਂਦਾ, ਹਿੱਟ ਫਲੋਪ ਦਾ ਨਹੀਂ ਲਾਦਾ। ਕਦੀ 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 ਤਾਂ ਚੰਗੀਆਂ ਫਿਲਮਾਂ ਫਲੋਪ ਹੋ ਜਾਂਦੀਆਂ, ਕਦੇ ਕਦੇ ਬੇਕਾਰ ਫਿਲਮਾਂ, ਐਵਰੇਜ ਫਿਲਮਾਂ ਬਹੁਤ ਵੱਡੀਆਂ ਹਿੱਟ ਹੋ ਜਾਂਦੀਆਂ। ਸਰਪ੍ਰਾਈਜ਼ ਹੁੰਦੀ ਫਿਰ ਇਹ ਚੀਜ਼, 100% ਓਬਵੀਅਸਲੀ 100%। ਮੈਨੂੰ ਜਦੋਂ ਗੱਡੀ ਜਾਂਦੀ ਛਲਾਂਗਾ ਮਾਰਦੀ ਕੀਤੀ ਸੀ ਨਾ, ਮੈਨੂੰ ਮਤਲਬ ਇਹ ਨਹੀਂ ਸੀ ਲੱਗਦਾ ਵੀ ਉਹ ਫਿਲਮ ਦੇ ਸੈੱਟ 'ਤੇ ਵੀ, ਅਤੇ ਜਦੋਂ ਮੈਂ ਐਡਿਟ ਵੀ ਵੇਖਿਆ ਸੀਗਾ ਵੀ ਉਹ ਫਿਲਮ ਲੈਡਾਂ ਨੂੰ ਹੋ ਗਈ। ਈਵਨ ਸ਼ੇਰ ਬੱਗਾ, ਚਲੋ ਸ਼ੇਰ ਬੱਗਾ ਤਾਂ ਮਤਲਬ ਮਸਲੀ ਅੱਡ ਬਣ ਗਏ ਸੀਗੇ ਸਰਕਮਸਟਾਂਸਿਸ, ਉਦੋਂ
ਸਿੱਧੂ ਦੀ ਵੀ ਡੈਥ ਹੋਈ ਸੀਗੀ, ਸਾਰਾ ਕੁਛ ਸੀ, ਲੋਕਾਂ ਦਾ ਮਤਲਬ ਮਨ ਹੀ ਨਹੀਂ ਸੀਗਾ ਥੀਏਟਰ ਜਾਣ ਦਾ ਜਾਂ ਕੁਛ, ਪਰ ਸਾਡੀ ਉਦੋਂ ਮਜਬੂਰੀ ਸੀ ਫਿਲਮ ਰਿਲੀਜ਼ ਕਰਨਾ, ਕਿਉਂਕਿ ਸਿੱਧੂ ਦੀ ਡੈਥ ਤੋਂ ਪਹਿਲਾਂ ਟ੍ਰੇਲਰ ਰਿਲੀਜ਼ ਹੋ ਚੁੱਕਿਆ ਸੀ, ਸਾਰਾ ਕੁਛ ਸੀ, ਪ੍ਰੋਡਿਊਸਰਸ ਦਾ 2.5 ਕਰੋੜ ਰੁਪਇਆ ਲੱਗ ਚੁੱਕਿਆ ਸੀ, ਅਤੇ ਉਹਨਾਂ ਦੀ ਕਾਲ ਸੀ ਵੀ ਫਿਲਮ ਅਸੀਂ ਰਿਲੀਜ਼ ਕਰਨੀ ਆ। ਚਲੋ ਸਾਡੇ ਵੱਡੇ ਭਰਾ ਹੀ ਸੀਗੇ ਥਿੰਦ ਸਾਹਿਬ, ਉਹਨਾਂ ਦੀ ਫਿਲਮ ਸੀ ਉਹ, ਅਸੀਂ ਵੀ ਨਾਲ ਸੀ, ਕਿਉਂਕਿ ਉਸ ਤੋਂ ਬਾਅਦ 1 ਮਹੀਨਾ ਫਿਰ 15-20 ਦਿਨ ਬਾਅਦ ਚੀਜ਼ਾਂ ਕਿਵੇਂ ਉਹ ਹੁੰਦਾ ਮਾਹੌਲ ਨੈਗੇਟਿਵ ਕਿਵੇਂ ਕ੍ਰੀਏਟ ਹੋ ਜਾਂਦਾ ਆਪਣੇ ਆਪ ਕੁਦਰਤ ਦੇ ਅਕੋਰਡਿੰਗਲੀ, ਕੁਦਰਤ ਤਾਂ ਨਹੀਂ ਕਰਦੀ ਖੈਰ, ਮਤਲਬ ਮਾਹੌਲ ਜੋ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਕਰਕੇ ਕਿਵੇਂ ਹੋ। ਫੋਰ ਐਗਜ਼ਾਮਪਲ ਸ਼ੇਰ ਬੱਗਾ ਦਾ ਅਤੇ ਬਾਜਰੇ ਦਾ ਸਿੱਟਾ ਦਾ ਅਪਰੋਕਸੀਮੇਟਲੀ 1.5 ਮਹੀਨੇ ਦਾ ਫਰਕ ਸੀ, ਰਾਈਟ, 1.5 ਮਹੀਨੇ ਦਾ ਫਰਕ ਸੀ, ਇੱਕ ਆਉਣੀ ਸੀ 10 ਨੂੰ ਅਤੇ ਇੱਕ ਆਉਣੀ ਸੀ ਅਗਲੇ ਮਹੀਨੇ ਦੀ 15 ਨੂੰ, ਅਤੇ ਸ਼ੇਰ ਬੱਗੇ ਉਹਦੇ 'ਚ ਮੇਰਾ ਜ਼ਿਆਦਾ ਕੰਮ ਨਹੀਂ ਸੀ ਹੈਗਾ ਬਾਜਰੇ ਸਿੱਟਾ 'ਚ, ਮਤਲਬ 35 ਦਿਨਾਂ ਦਾ ਹੀ 6 ਵੀਕਾਂ ਦਾ ਫਰਕ ਸੀਗਾ। ਹੁਣ ਜਦੋਂ ਉਹ ਹੋਇਆ ਆਪਣਾ ਸਿੱਧੂ ਡੈਥ ਹੋ ਗਈ ਅਤੇ ਫਿਲਮ ਸਾਡੀ 2 ਵੀਕਾਂ ਡਿਲੇ ਹੋ ਗਈ, 15-20 ਦਿਨ ਡਿਲੇ ਹੋ ਗਈ, ਅਤੇ ਉਹ ਇੱਕ ਤਾਂ ਪ੍ਰਮੋਸ਼ਨ ਚੱਲਦਾ ਆਉਂਦਾ ਸੀ, ਜਿਹੜਾ ਗ੍ਰਾਫ ਚੱਲਦਾ ਆਉਂਦਾ ਸੀ ਲੋਕਾਂ ਦਾ ਧਿਆਨ ਉਹ ਪਾਸੇ ਹੋ ਗਿਆ। ਫਿਲਮ ਜਦੋਂ ਕੋਈ ਵੀ ਫਿਲਮ ਜਾਂ ਸ਼ੋਅ ਰੀਸਕੈਡਿਊਲ ਹੁੰਦਾ ਨਾ, ਉਹਦੇ ਚਾਂਸਿਸ ਭਾਅ ਜੀ 2-3% ਹੀ ਰਹਿ ਜਾਂਦੇ ਆ ਚੱਲਣ ਦੇ, ਵਧੀਆ ਚੀਜ਼ ਦੇ, ਚਾਹੇ ਤੁਸੀਂ ਸ਼ੋਅ ਰੀਸਕੈਡਿਊਲ ਕਰ ਲਓ ਕੁਛ ਕਰ ਲਓ, ਲੋਕਾਂ ਦਾ ਇੱਕ ਵਿਸ਼ਵਾਸ ਜਿਹਾ ਹੁੰਦਾ ਵੀ ਯਾਰ ਇੱਥੇ ਆਉਣੀ ਸੀ, ਹੁਣ ਇਹ ਤਾਂ ਹੁਣ ਵੀ ਨਹੀਂ ਆਉਣੀ, ਇਹ ਹੋ ਜਾਂਦਾ ਸੈਟਅਪ। ਫਿਰ ਉਸ ਤੋਂ ਬਾਅਦ 'ਚ ਉਹ ਅਜੇ ਚੱਲੀ ਜਾਂਦਾ ਸੀਗਾ ਮਾਹੌਲ, ਮਤਲਬ ਉਹ ਫੇਸ ਚੱਲ ਰਿਹਾ ਸੀ ਅਜੇ, ਇਹ ਫਿਲਮ ਇਹਦਾ 19 ਹੋਇਆ ਡਾਊਨ ਹੋਇਆ ਥੱਲੇ, ਫਿਰ ਉਸ ਤੋਂ ਬਾਅਦ 'ਚ ਬਾਜਰੇ ਸਿੱਟਾ ਅਪਰੀਸ਼ੀਏਟ ਹੋਈ ਸਾਰੇ ਪਾਸੇ, ਹਰ ਜਗ੍ਹਾ 'ਤੇ ਉਹ ਫਿਲਮ ਵੇਖੀ ਵੀ ਗਈ, ਉਹ ਤੱਕ ਟਾਈਮ ਵੀ ਟੱਪ ਗਿਆ, ਫਿਰ ਉਸ ਚੀਜ਼ ਦਾ ਇੰਪੈਕਟ ਪਿਆ ਇਸ ਫਿਲਮ ਦਾ, ਅਗਲੀ ਫਿਲਮ 'ਤੇ ਇੰਪੈਕਟ ਪਿਆ। ਹੁਣ ਸੇਮ ਹੀ ਪੈਂਦਾ ਵਧੀਆ ਫਿਲਮ ਦਾ ਮਾੜੀ ਫਿਲਮ 'ਤੇ ਵੀ ਇੰਪੈਕਟ ਪੈਂਦਾ, ਜਦੋਂ ਨਿੱਕਾ ਜੈਲਦਾਰ ਆਈ, ਬੰਬੂ ਘਾਟ ਆਈ, ਨਿੱਕਾ ਜੈਲਦਾਰ ਆਈ, ਉਸ ਤੋਂ ਬਾਅਦ 'ਚ ਆਈ ਸਾਹਿਬ ਬਹਾਦਰ, ਸਾਹਿਬ ਬਹਾਦਰ ਅਪ ਟੂ ਦਾ ਮਾਰਕ ਫਿਲਮ ਨਹੀਂ ਸੀ, ਸਸਪੈਂਸ ਇਹ ਸਾਰੀਆਂ ਚੀਜ਼ਾਂ ਸੀਗੀਆਂ ਕੁਛ ਇੰਪੋਰਟ, ਪਰ ਉਹਦੀ ਵੀ 1 ਕਰੋੜ ਰੁਪਏ ਦੀ ਓਪਨਿੰਗ ਲੱਗੀ ਜਸਟ ਬਿਕੋਜ਼ ਆਫ ਉਹ 2 ਵਧੀਆ ਫਿਲਮਾਂ ਸੀ। ਅਤੇ ਕਈ ਵਾਰ ਇੱਦਾਂ ਹੁੰਦਾ ਵੀ ਮਾੜੀਆਂ ਫਿਲਮਾਂ ਦਾ ਅਸਰ ਵਧੀਆ ਫਿਲਮ 'ਤੇ ਪੈਂਦਾ, ਉਹਨਾਂ ਦੀ ਵਧੀਆ ਫਿਲਮ ਦੀ ਓਪਨਿੰਗ ਘੱਟ ਜਾਂਦੀ ਹੈ, ਫਿਰ ਉਹਦਾ ਵਰਡ ਆਫ ਮਾਊਥ ਅੱਗੇ। ਹੁਣ ਇਸ ਫਿਲਮ 'ਤੇ ਇੰਪੈਕਟ ਪਊਗਾ ਪਿਛਲੀਆਂ ਫਿਲਮਾਂ ਦੇ ਨਾ ਚੱਲਣ ਦਾ, ਇਹ ਫਿਲਮ ਨਿਕਲੂਗੀ ਮਤਲਬ ਹੌਲੀ 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 ਕਰਕੇ ਸਾਰੇ ਲੋਕਾਂ ਦੇ ਵਿੱਚ, ਕਿਉਂਕਿ ਵਰਡ ਆਫ ਮਾਊਥ ਬਹੁਤ ਸਟਰੋਂਗ ਹੋਣਾ, ਐਪਰੀਸ਼ੀਏਟ ਬਹੁਤ ਹੋ ਰਹੀ ਹੈ ਫਿਲਮ ਜਿੱਥੇ ਵੀ ਵਿਖਾਈ ਅਸੀਂ। ਉਹਨਾਂ ਨੇ ਫਿਲਮ ਵੇਖੀ ਆ ਅਤੇ ਬਹੁਤ ਐਪਰੀਸ਼ੀਏਟ ਕੀਤੀ ਉਹਨਾਂ ਨੇ, ਅੱਧੇ ਵਿੱਚ ਉਹਨਾਂ ਦੇ ਨੋਨ ਪੰਜਾਬੀ ਵੀ ਸੀਗੇ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਮੈਨੂੰ ਮੈਂ ਇੱਕ ਚੀਜ਼ ਤਾਂ ਵੀ ਇਹ 'ਚ ਐਡ ਆਨ ਕਰਨੀ ਚਾਹੁੰਗਾ, ਮੈਨੂੰ ਇਹ ਲੱਗਦਾ ਕਿ ਜਿਹੜਾ ਇਨਸਾਨ ਮਿਹਨਤ ਕਰਕੇ ਅੱਗੇ ਵੱਧਦਾ ਨਾ, ਜਾਂ ਤਾਂ ਉਹ ਜ਼ਿਆਦਾ ਸਿੱਖਦਾ ਉਹ ਉਸ ਚੀਜ਼ ਤੋਂ, ਜਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਐਂਡ ਉਹ ਆਪਣੇ 'ਤੇ ਹੋਰ ਜ਼ਿਆਦਾ ਵਰਕ ਕਰਦਾ ਹੈ ਕਿ ਯਾਰ ਅਸੀਂ ਹੋਰ ਇੱਦਾਂ ਦੀ ਚੀਜ਼ਾਂ ਬਣਾਈਏ। ਐਂਡ ਹੋਰ ਚੀਜ਼ਾਂ, ਸੋਰੀ ਤੁਹਾਡੀ ਗੱਲ ਕਰਦਾ, ਜਿਹੜੀਆਂ ਮੈਟਰ ਕਰਦੀਆਂ ਨੇ ਫਿਲਮ ਦੇ ਵਿੱਚ, ਅੱਗੇ ਮੈਂ ਗੱਲ ਕਰਨ ਲੱਗਿਆ ਸੀਗਾ, ਫਿਲਮ ਦੇ ਸੈੱਟ ਦਾ ਮਾਹੌਲ ਕਿੱਦਾਂ ਫਿਲਮ ਨੂੰ ਸਕਸੈਸਫੁਲ ਅਤੇ ਅਨਸਕਸੈਸਫੁਲ ਕਰਦਾ। ਫਿਲਮ ਦੇ ਸੈੱਟ 'ਤੇ ਜਦੋਂ ਸਪੋਟ ਬੋਏ, ਲਾਈਟਿੰਗ ਡਿਪਾਰਟਮੈਂਟਸ, ਐਵਰੀਵਨ ਜਿਹੜੇ ਵਿਚਾਰੇ ਸਭ ਤੋਂ ਜ਼ਿਆਦਾ ਮਿਹਨਤ ਕਰਦੇ ਆ, ਜਦੋਂ ਉਹਨਾਂ ਦਾ ਹੱਕ ਮਾਰਿਆ ਜਾਂਦਾ ਵੱਡੀਆਂ ਤੋਂ ਵੱਡੀਆਂ ਫਿਲਮਾਂ ਛੱਡ ਦਿੰਦੀਆਂ। ਸੈੱਟ 'ਤੇ ਜਦੋਂ ਮਾਹੌਲ ਵਧੀਆ, ਉੱਥੇ ਆਹ ਮਤਲਬ ਹੇਟ ਨਹੀਂ ਸਪਰੈਡ ਹੋ ਰਹੀ, ਕਿਸੇ ਨੂੰ ਗਾਲਾਂ ਨਹੀਂ ਕੱਢੀਆਂ ਜਾ ਰਹੀਆਂ, ਕਿਸੇ ਦਾ ਪੈਸਾ ਨਹੀਂ ਰੱਖਿਆ ਜਾ ਰਿਹਾ, ਸਾਰੀਆਂ ਚੀਜ਼ਾਂ ਮਤਲਬ ਆਲਮੋਸਟ ਐਵਰੀਵਨ ਇਜ਼ ਅ ਪੋਜ਼ਿਟਿਵ। ਹੁਣ ਸਾਡੇ ਸੈੱਟ 'ਤੇ ਅਸੀਂ ਸੀਗੇ, ਮੈਂ ਸੀ, ਸੋਨਮ, ਪਵਨ ਭਾਅ ਜੀ, ਰਕੇਸ਼ ਭਾਅ ਜੀ, ਇੱਕ ਫੈਮਿਲੀ ਟਾਈਪ ਸੀਗੇ ਸਾਰੇ ਬੰਦੇ। ਜਦੋਂ ਉੱਥੇ ਤੁਸੀਂ ਚੜ੍ਹਦੀ ਕਲਾਸ, ਠੀਕ ਹੈ ਨੋਕ ਝੋਕ ਚੱਲਦੀ ਆ, ਉੱਤੇ ਥੱਲੇ ਹੁੰਦਾ, ਤੁਸੀਂ ਐਗਰੀ ਡਿਸਐਗਰੀ ਕਰਦੇ ਹੋ, ਇੰਪਰੋਵਾਈਜੇਸ਼ਨਸ ਹੁੰਦੀਆਂ ਨੇ, ਉਹ ਹਰ ਜਗ੍ਹਾ ਹੁੰਦਾ, ਪਰ ਕਈ ਫਿਲਮਾਂ ਦੇ ਸੈੱਟਾਂ 'ਤੇ ਬਹੁਤ ਕਲੇਸ਼ ਹੁੰਦਾ, ਉਹ ਜ਼ਿੰਦਗੀ ਸਕਸੈਸਫੁਲ ਨਹੀਂ ਹੋ ਸਕਦੀਆਂ ਫਿਲਮਾਂ। ਵੱਡੇ ਵੱਡੇ ਮੇਕਰਸ ਫਲੋਪ ਹੁੰਦੇ ਆ, ਵੱਡੇ ਵੱਡੇ ਮੇਕਰਸ, ਅਤੇ ਇਨਫੈਕਟ ਮੈਂ ਤਾਂ ਐਕਸਪੀਰੀਅੰਸ ਕੀਤੀਆਂ ਇਹ ਚੀਜ਼ਾਂ ਆਪਣੇ ਸੈੱਟਸ ਦੇ ਉੱਤੇ, ਬਿਕੋਜ਼ ਮੈਂ 28-30 ਫਿਲਮਾਂ ਕੀਤੀਆਂ ਮਾਲਕ ਦੀ ਮਿਹਨਤ ਨਾਲ, ਅਤੇ ਮੇਰੀਆਂ 20+ ਸੁਪਰਹਿੱਟ ਆ, ਮਤਲਬ ਸਕਸੈਸ ਰੇਸ਼ੋ ਮਾਲਕ ਦੀ ਮਿਹਨਤ ਨਾਲ ਵਧੀਆ, ਅਤੇ ਮੈਡਮ ਜੀ ਦੇ ਵੀ ਇੱਕ ਅੱਧੀ ਫਲੋਪ ਹੋਈ ਆ, ਆਲਮੋਸਟ ਸਾਰੀਆਂ ਚੱਲੀਆਂ ਸੋਨਮ ਦੀਆਂ ਵੀ। ਪਰ ਜਿਹੜੀ ਇਮਾਨਦਾਰੀ ਆ ਲਾਈਫ ਦੇ ਵਿੱਚ ਨਾ, ਕਿਸੇ ਵੀ ਖਿੱਤੇ 'ਚ, ਯਾਰੀ ਦੋਸਤੀ ਦੇ ਵਿੱਚ, ਆਪਣੇ ਰਿਲੇਸ਼ਨ ਦੇ ਵਿੱਚ, ਹਸਬੈਂਡ ਵਾਈਫ ਦੇ ਰਿਲੇਸ਼ਨ 'ਚ, ਬੱਚਿਆਂ ਦਾ ਅਤੇ ਆਪਣੇ ਪੇਰੈਂਟਸ ਦੇ ਰਿਲੇਸ਼ਨ 'ਚ, ਕੰਮ ਦੇ ਰਿਲੇਸ਼ਨ 'ਚ,
ਹਰ ਚੀਜ਼ ਦੇ ਵਿੱਚ ਜਿਹੜੀ ਇਮਾਨਦਾਰੀ ਆ ਨਾ, ਉਸ ਤੋਂ ਬੈਸਟ ਚੀਜ਼ ਭਾਜੀ ਦੁਨੀਆਂ 'ਤੇ ਕੋਈ ਨਹੀਂ ਹੈ। ਐਂਡ ਭਾਜੀ ਇਹ ਕੋਨਵਰਸੇਸ਼ਨ ਮੈਨੂੰ ਲੱਗਦਾ ਸ਼ਾਇਦ ਐਂਡ ਕਰਨੀ ਪਊਗੀ, ਬਟ ਮੈਂ ਇੱਕ ਪਿਆਰੇ ਜਿਹੇ ਕੁਐਸਚਨ ਤੋਂ ਐਂਡ ਕਰਨੀ ਚਾਹੂੰਗਾ ਜੀ, ਪਲੀਜ਼। ਇੱਕ ਨਾ ਕਲਿੱਪ ਵਾਇਰਲ ਹੋਈ ਸੀਗੀ ਦਿਲਜੀਤ ਭਾਈ ਦੇ ਕੌਂਸਰਟ ਦੀ, ਜਿੱਥੇ ਇੱਕ ਨਾ ਲੇਡੀ ਨੇ ਬੋਲਿਆ ਸੀਗਾ ਕਿ ਮੇਰਾ ਪੁੱਤ ਕਹਿੰਦਾ ਸੀਗਾ ਕਿ ਮੈਂ ਕੱਲ੍ਹ ਨੂੰ ਪੱਗ ਨਹੀਂ ਬੰਨ ਕੇ ਜਾਣੀ ਸਕੂਲ 'ਚ, ਅਤੇ ਮੇਰੇ ਪੁੱਤ ਨੂੰ ਮੈਂ ਦਿਲਜੀਤ ਦਾ ਕੌਂਸਰਟ ਦਿਖਾਇਆ, ਅਤੇ ਉੱਥੇ ਕਹਿੰਦਾ ਕਿ ਹੁਣ ਮੰਮੀ ਹੁਣ ਪੱਗ ਬੰਨ ਕੇ ਜਾਣੀ ਆ। ਤਾਂ ਜੇ ਸਾਡੇ ਪੰਜਾਬ ਦਾ ਮੁੰਡਾ ਐਸੇ ਐਸੇ ਥਾਵਾਂ ਤੇ ਜਾ ਕੇ ਰੀਪ੍ਰੈਜੈਂਟ ਕਰ ਰਿਹਾ ਆਪਣੀ ਪੱਗ ਨੂੰ, ਯੂ ਨੋ, ਸਾਡੀ ਸਾਰੀ ਕਮਿਊਨਿਟੀ ਨੂੰ ਇੰਨਾ ਸੋਹਣਾ ਰੀਪ੍ਰੈਜੈਂਟ ਕਰ ਰਿਹਾ, ਤਾਂ ਸਾਨੂੰ ਸਾਰਿਆਂ ਨੂੰ ਖੁਸ਼ੀ ਤਾਂ ਹੁੰਦੀ ਹੁੰਦੀ ਆ, ਪਰ ਇੱਕ ਸਰਦਾਰ ਨੂੰ ਕਿੰਨੀ ਖੁਸ਼ੀ ਹੁੰਦੀ ਆ ਭਾਅ ਜੀ? ਜਿੰਨਾ ਚਾਅ ਸਾਨੂੰ ਚੜ੍ਹਦਾ ਤੁਸੀਂ ਸੋਚ, ਮਤਲਬ ਚਲੋ ਪੰਜਾਬੀ ਹੋਣ ਨਾਤੇ ਜਾਂ ਰਿਲੀਜਨ ਬੇਸ 'ਤੇ ਵੀ ਮੈਂ ਗੱਲ ਕਰਾਂ, ਭਾਅ ਜੀ ਪੂਰੇ ਇੰਡੀਆ ਨੂੰ ਚਾਅ ਚੜ੍ਹਨਾ ਚਾਹੀਦਾ। ਯੈਸ, ਆਪਾਂ ਨੂੰ ਤਾਂ ਚਲੋ ਸਾਡੇ ਤਾਂ ਮਤਲਬ ਸਾਡੇ ਤਾਂ ਸਰਕਾਰੀ ਉਹ ਹੈਗੇ ਹੀ ਨੇ, ਸਾਡੇ ਤਾਂ ਘਰੋਂ ਗਏ ਹੀ ਗਏ ਆ, ਪੂਰੇ ਇੰਡੀਆ ਨੂੰ, ਕਿਉਂਕਿ ਕੱਲ੍ਹ ਨੂੰ ਇੱਕ ਸਰਟਨ ਇੱਦਾਂ ਦੀਆਂ ਸਟੇਜਿਸ ਆਉਣੀਆਂ ਜਿੱਥੇ ਭਾਅ ਜੀ ਏਸ਼ੀਆ ਦੇ ਨੰਬਰ 1 ਹੋਣਗੇ, ਅਸੀਂ ਤਾਂ ਅਰਦਾਸ ਕਰਦੇ ਹਾਂ ਵਰਲਡ ਨੰਬਰ 1 ਬਣਨ, ਏਸ਼ੀਆ 'ਤੇ ਤਾਂ ਬਹੁਤ ਛੇਤੀ ਹੋ ਜਾਣਾ ਉਹਨਾਂ ਨੇ ਸਾਲ 2 ਸਾਲਾਂ ਦੇ ਵਿੱਚ ਵਿੱਚ, ਹੁਣ 50,000 ਬੰਦਾ ਉਹਨਾਂ ਨੇ ਵੈਨਕੂਵਰ ਭਰਤਾ ਆ, ਹੁਣ ਮਾਈਟ ਵੀ ਸ਼ਾਇਦ ਚਾਈਨੀਜ਼ ਜਾਂ 2-4 ਕਲਾਕਾਰ BTS ਨੇ ਜਿਹੜੇ, ਉਹ 3-4 ਬੰਦੇ ਆ ਜਿਹੜੇ ਆਈ ਥਿੰਕ ਸੋ ਗ੍ਰਾਫ ਦੇ ਵਿੱਚ ਮਾਈਟ ਵੀ ਅਜੇ ਸਟਿਲ ਉੱਤੇ ਹੈਗੇ ਆ, ਬਟ ਉਹਨਾਂ ਨੂੰ ਭਾਜੀ ਨੇ ਕਰ ਜਾਣਾ ਓਵਰਟੇਕ ਵਾਪਸ ਸੁੱਖ ਰੱਖੇ, ਸੋ ਉਹਨਾਂ 'ਤੇ ਪ੍ਰਾਊਡ ਫੀਲ ਕਰਨਾ ਚਾਹੀਦਾ, ਤਾਂ ਕਰਦੇ ਵੀ ਆ ਸਾਰੇ, ਨੋ ਡਾਊਟ। ਮੈਂ ਨਹੀਂ ਕਹਿੰਦਾ ਠੀਕ ਆ, ਵਿੱਚ 1-2 ਜਣੇ 5 ਜਣੇ 10 ਜਣੇ ਹੁੰਦੇ ਆ ਜਿਨ੍ਹਾਂ ਨੇ ਕੋ ਮਾੜੇ ਸ਼ਬਦ ਵਰਤਣੇ ਆ, ਲੇਬਲਸ ਲਾਉਣੇ ਆ, ਫਲਾਣਾ ਬੰਦਾ ਆ ਫਲਾਣਾ ਬੰਦਾ ਆ, ਪਰ ਅਕਾਲ ਪੁਰਖ ਦੀ ਬਹੁਤ ਮਿਹਨਤ ਆ, ਮੇਰਾ ਭਾਈ ਤੇ ਮਿਹਨਤ ਵੀ ਉਹਨਾਂ ਨੇ ਬਹੁਤ ਕੀਤੀ ਆ, ਅਤੇ ਸੱਚੀ ਪਤਾ ਲੋਕ ਦਿਲੋਂ ਦੁਆਵਾਂ ਦਿੰਦੇ ਆ, ਇਹ ਨੀਗਾ ਵੀ ਉਹਨਾਂ ਨਾਲ ਕੋਈ ਉਹਨਾਂ ਤੋਂ ਮੱਚਦਾ ਆ ਸੜਦਾ, ਸੱਚੀ ਦਿਲੋਂ ਦੁਆਵਾਂ ਦਿੰਦੇ ਆ ਦਲਜੀਤ ਭਾਈ ਨੂੰ, ਪੂਰਾ ਇੰਡੀਆ ਪੂਰਾ ਵਰਲਡ ਜਿੱਥੇ ਤੇ ਪੰਜਾਬੀ ਬੈਠੇ ਆ, ਵਰਲਡ ਵਾਈਡ ਹੀ ਸਾਰੇ ਪਾਸੇ ਹਰ ਜਗ੍ਹਾ ਉਹਨਾਂ ਨੂੰ ਸਪੋਰਟ ਮਿਲਦੀ ਹੈ। ਹੋਪ ਫੋਰ ਦਾ ਬੈਸਟ ਆਉਣ ਵਾਲੀ ਫਿਲਮ ਆ ਉਹ ਸਾਡੇ ਵੱਡੇ ਵੀਰ ਨਾਲ ਆ, ਜਗਦੀਪ ਨਾਲ, ਅਤੇ ਦਲਜੀਤ ਭਾਈ ਦੀ ਵਾਈਟ ਹਿੱਲ ਸਾਡੇ ਭਰਾ ਨੇ, ਉਹਨਾਂ ਦੀ ਫਿਲਮ ਜੱਟ ਐਂਡ ਜੂਲੀਅਟ ਜਿਹੜੀ ਪਾਰਟ ਨੈਕਸਟ ਆਉਣਾ, 3rd ਆਉਣਾ ਸਾਡੇ ਤੋਂ 2 ਵੀਕਾਂ ਬਾਅਦ ਆ ਉਹ, ਅਤੇ ਮਤਲਬ ਮੈਨੂੰ ਐਂ ਲੱਗਦਾ ਕਿ ਜਿੱਥੇ ਉਹਨਾਂ ਨੂੰ ਪਿਆਰ ਮਿਲਦਾ ਉਨਾ ਹੀ ਯਾਰ ਜ਼ਿਆਦਾ ਪਿਆਰ ਤੁਹਾਨੂੰ ਦੋਨਾਂ ਨੂੰ ਵੀ, ਉਹਨੂੰ ਸਾਰਾ ਪੰਜਾਬ ਕਰਦਾ ਐਂਡ ਸਾਰਾ ਇੰਡੀਆ ਵੀ ਕਰਦੇ ਆ, ਫਿਰ ਆਪਣੇ ਵਾਲੇ ਤਾਂ ਪੂਰਾ ਦਿਲੋਂ ਕਰਦੇ ਨਾ ਹਰ ਚੀਜ਼। ਮੈਨੂੰ ਐਂ ਲੱਗਦਾ ਕਿ ਜ਼ਿੰਦਗੀ 'ਚ ਨਾ ਕੁਛ ਤਾਂ ਦੁੱਖ ਨਾ ਰੱਬ ਕੋਲੋਂ ਮੰਗਿਆ ਕਰੋ ਜਿਹੜੇ ਸਹਿ ਸਕੀਏ, ਤਾਂ ਕਿ ਉਹ ਦੁੱਖ ਤੋਂ ਇਨਸਾਨ ਨਾ ਹੋਰ ਜ਼ਿਆਦਾ ਸਿੱਖ ਸਕੇ ਐਂਡ ਅੱਗੇ ਹੋਰ ਜ਼ਿਆਦਾ ਪੁਸ਼ ਹੋ ਕੇ ਵਧ ਸਕੇ। ਬੈਲੈਂਸ ਆ, ਅਕਾਲ ਪੁਰਖ ਬਹੁਤ ਸਿਆਣਾ ਜਿਹਨੇ ਦੁਨੀਆ ਬਣਾਈ ਆ, ਉਹਨੇ ਰਚਨਾ ਰਚੀ ਆ, ਉਹ ਖੇਡੀ ਜਾਂਦਾ, ਉਹ ਸਵਾਦ ਲੈ ਰਿਹਾ, ਉਹ ਚੱਲਦੀਆਂ ਚੀਜ਼ਾਂ ਆਉਂਦੀਆਂ ਸੀ ਜਿਵੇਂ ਯੁੱਗ ਲੰਘੇ ਆ, ਪਹਿਲਾਂ ਸਤਯੁਗ ਲੰਘਿਆ ਸਾਰੇ ਘੈਂਟ ਹੀ ਬੰਦੇ ਹੁੰਦੇ ਸੀ, ਉਹ 'ਚ ਸਿਆਣੇ ਬੰਦੇ ਹੁੰਦੇ ਸੀ, ਫਿਰ ਦੁਆਪਰ, ਫਿਰ ਅਗਲੇ ਯੁੱਗ ਆ, ਹੁਣ ਕਾਲੀ ਵੀ ਚੱਲੀ ਜਾਂਦਾ ਜਿਹੜਾ ਸਭ ਤੋਂ ਛੋਟਾ, ਇਹਦੇ 'ਚ ਤੁਸੀਂ ਦੇਖੋ ਕਿਵੇਂ ਖੇਡ ਰਚੀ ਆ, ਸਾਰਾ ਕੁਛ ਚੱਲੀ ਜਾਂਦਾ। ਉਹੀ ਗੱਲ ਹੈ ਵੀ ਐਂਡ ਦੇ ਵਿੱਚ ਜਿਹੜੇ ਅਭਿਆਸੀ ਹੋਣਗੇ, ਜਿਹੜਾ ਨਾਮ ਜਪਣ ਵਾਲੇ ਹੋਣਗੇ ਕਿਸੇ ਵੀ ਧਰਮ ਦੇ, ਚਾਹੇ ਕਿਸੇ ਵੀ ਮਤਲਬ ਪ੍ਰਾਰਥਨਾ ਕਰਨ ਵਾਲੇ ਹੋਣਗੇ, ਪ੍ਰੇਅਰ ਕਰਨ ਵਾਲੇ ਹੋਣਗੇ, ਰੱਬ ਦਾ ਨਾਂ ਲੈਣ ਵਾਲੇ ਹੋਣਗੇ, ਉਹੀ ਬਚਣਗੇ, ਉਹਨਾਂ ਦੇ ਕਵਚ ਬਣਨਾ, ਬਾਕੀ ਜਿਹੜੇ ਨਿਊਕਲੀਅਰ ਬਣੇ ਆ ਚੱਲਣ ਵਾਸਤੇ ਬਣੇ ਆ। ਦਿਸ ਇਜ਼ ਕਾਲਡ ਅ ਹਾਰਟ ਟੂ ਹਾਰਟ ਕਨਵਰਸੇਸ਼ਨ ਵਿਦ ਐਮੀ ਵੀਰ ਕੈਨ ਸੋਨ ਬਾਲਾ। ਤੁਸੀਂ ਹੱਸ ਰਹੇ ਹੋ, ਥੈਂਕ ਯੂ ਸੋ ਮਚ। ਨਹੀਂ ਨਹੀਂ ਈਜ਼ੀ ਲਓ ਇਹ, ਮਤਲਬ ਮੈਂ ਯੈਸ ਆਲਰੇ ਹੁਣ ਨਿਊਕਲੀਅਰ ਔਰ ਫ੍ਰਿਜਾਂ ਚਲਾਉਣ ਨੂੰ ਤੇ ਬਣੇ ਨਹੀਂਗੇ, ਚੱਲਣਾ ਹੀ ਆ ਕੱਲ ਨੂੰ, ਤੇ ਬਚਣਾ ਵੀ ਤੇਰੇ ਮੇਰੇ ਜਿਹੜੇ ਜਿਹੜੇ ਸਾਧ ਸੰਤ ਹੋਣਗੇ ਉਹੀ ਵਜਣਗੇ, ਤੇਰੇ ਮੇਰੇ ਵਰਗੇ ਤਾਂ ਕਾਹਨੂੰ ਵੱਜਦੇ ਆ। ਨਹੀਂ ਬਾਈ, ਬਾਬਾ ਸੁੱਖ ਰੱਖੇ, ਮੈਨੂੰ ਬੜਾ ਮਜ਼ਾ ਆਇਆ ਯਾਰ, ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਬ੍ਰਦਰ ਐਂਡ ਥੈਂਕ ਯੂ ਸੋ ਮਚ ਸੋਨਮ ਦੀ ਸਮਾਈਲ ਤੋਂ ਐਂਡ ਐਮੀ ਵਿਰਕ ਦੀ ਕਿਊਟ ਸਮਾਈਲ ਤੋਂ ਇਸ ਇੰਟਰਵਿਊ ਦੀ ਐਂਡ ਆਪਾਂ ਕਰਨਾ ਚਾਹਾਂਗੇ, ਐਂਡ ਆਈ ਹੋਪ ਕਿ ਤੁਹਾਡੀ ਫਿਲਮ ਇੰਨਾ ਸੋਹਣਾ ਵਰਕ ਕਰੇ ਕਿ ਤੁਸੀਂ ਮਜਬੂਰ ਹੋ ਜਾਓ ਆਪਾਂ ਦੁਬਾਰਾ ਇੰਟਰਵਿਊ ਕਰੀਏ। ਯੈਸ, ਚਲੋ ਠੀਕ ਹੈ, ਸੋ ਥੈਂਕ ਯੂ ਸੋ ਮਚ। ਅਗਲੀ ਦਾ ਕਰਾਂਗੇ, ਜਾਨੇ ਜੁੜੇ ਦਾ ਕਰਾਂਗੇ, ਓ ਸੌਰੀ, ਇਹਦਾ ਨਿੱਕਾ ਜਿਹਾ ਦਾ ਕਰਾਂਗੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ।